ਜਦੋਂ ਮੈਂ ਅੱਖ ਖੋਲੀ ਨਾ ਤੇ ਮੇਰੇ ਵੱਡੇ ਭਾਈ ਕੋਲੋਂ ਹੋ ਗਏ ਸਨ ਕਬੂਤਰ ਠੀਕ ਹੋ ਗਿਆ ਤੇ ਸਰ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਅਲਹਮਦੁਲਿਲਾ ਮੈਂ ਇਸ ਪਰਿੰਦੇ ਦੇ ਨਾਲ ਹੀ ਚਮਟਿਆ ਆ ਚੜ੍ਹਦੇ ਪੰਜਾਬ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਸਾਰੇ ਯੂਰਪ ਸਾਰੇ ਘੁੰਮੇ ਆ ਸਾਰਾ ਤੇ ਉੱਥੇ ਵੀ ਕੋਈ ਸ਼ੌਕ ਕਰਦੇ ਹੋ ਜਾਂ ਨਹੀਂ ਕਰਦੇ जिन्ने अस्सलाम वालेकुम ते चढ़दे पंजाब दे वीरां नूं मेरे नूं प्यार भरी सति श्री अकाल ते तुहाडी खिदमत च दोबारा उस्ताद सुलेमान हाजिर होया जी एक नवे तारन बहुत अच्छे खिलाड़ी ना बहुत लैजेंड खिलाड़ी ना और बहुत ही अच्छे सैटअप वाले बंदे ना ते गल होएगी मसले दे हल दी को अज दी को कल दी को गल्लां विचों गल दी को मौजूदा पल दी ते सारियां गल्लां होणगियां ते मेरे चैनल तो देखो जी हर बंदा फायदा चुके मैनू ते इह बड़ी खुशी हुंदी है और जिहड़े मैं कबूतर दिखाना और मैं जिहड़े उस्तादां नूं तुहानूं मिलवाना और बहुत सारिया चीज़ां इहदे विचों लभदियां ने ठीक है तो मेरे जिथे जिथे भी दोस्त बैठे ने देखते हैं मैं यही बड़ी खुशी होती है कि उन्होंने फायदा हो बहुत अच्छे अच्छे खिलाड़ी ने तुम मिलाने जी तो हैदर भाई ने जोईया हैदर जोईया तो मौजूद है मैं दिन चंद्रावा पिंड है ठीक है जेल है कैंप जे अपना कोटलाखा जेल वो बैक साइड है चंद्रावा पिंड है बहुत अच्छे खिलाड़ी ने बहुत अच्छा सैटअप इन्हों का बाद सैटअप भी पार्ट वन टू तो दिखा देना मैं तुम थ्री से बल्कि थ्री तक जाएगा पार्ट है ते अस्सलामुअलैकुम हैदर भाई की हाल है हैदर भाई ते गलां मज़ेदार ही होनियां बड़िया ते एक ते तुहानूं पुछांगे सब तो पहले इधर आने कि तुहानूं कबूतर परवी का शौक जिहड़ा लगा किवें लगा ए जी बाय बर्थ ही सी मेरे चाचू ने रखे सी उन्हां दा नाम की सी रियासत जोईया क्रिकेट मैच जो जीत लैना तकरीबन समझ लो कि शौक जिहड़ा वैसे बैठ के बाजियां बूजियां उड़दियां देखी दुखी ठीक पाँच छः साल हो गए लेकिन जो प्रॉपर जो मेरे अंदाजे के मुताबिक असी पहले बाजी उन्होंने उड़ाई है उच्च रियासत के घर उड़ाई दे उदो मेरी उम्र होगी वो 11 साल ठीक हो गया तो चाचू रियासत साहब कितनी देर हो गई उन्होंने मतलब तुम बचपन तो देखते आए अखा गोलियां तो कबूतर हाँ जी उन्होंने वो उदो ही कबूतर अभी उधर जाके बैठते उठते हैं शौक करते हैं कि यार कबूतर सुन ਸਾਡੇ ਕੋਲ ਸਟਾਰਟ ਤੋਂ ਮੀਆਂ ਸਾਹਿਬ ਵਾਲੇ ਮੀਆਂ ਨਜ਼ੀਰ ਸਾਹਿਬ ਵਾਲੇ ਅਸੀਂ ਲੋਕ ਆ ਕੇ ਇੱਥੇ ਦੇਖਦੇ ਹੁੰਦੇ ਸਨ ਨਾ ਅਤੇ ਅਸੀਂ ਉਹ ਜਿਹੜੇ ਕਬੂਤਰ ਉਡਾ ਰਹੇ ਹੁੰਦੇ ਹਾਂ ਲੋਕ ਕਹਿੰਦੇ ਯਾਰ ਹੈ ਤਾਂ ਲੋਕਾਂ ਨੂੰ ਜੋੜਿਆ ਹੱਸ ਵੀ ਨਹੀਂ ਕਿ ਤੁਸੀਂ ਉਡਾ ਰਹੇ ਹੋ ਠੀਕ ਹੋ ਗਿਆ ਉਹ ਸਾਡੇ ਕੋਲ ਸਟਾਰਟ ਤੋਂ ਹੀ ਉਹ ਪਰਿੰਦੇ ਹੈਗੇ ਸਨ ਅਤੇ ਹੈਦਰ ਭਾਈ ਤੁਹਾਡੀ ਤਲੀਮ ਕੀ ਹੈ ਮੈਂ MBA ਮਾਰਕੀਟਿੰਗ ਕੀਤਾ ਮਾਸ਼ਾਅੱਲਾ ਠੀਕ ਹੋ ਗਿਆ ਅਤੇ ਜਦੋਂ ਤੁਸੀਂ ਪਹਿਲੀ ਬਾਜ਼ੀ ਉਡਾਈ ਉਦੋਂ ਤੁਹਾਡੀ ਕਿੰਨੀ ਪ੍ਰੇਜ਼ ਹੋਈ 11 ਸਾਲ ਦੀ ਉਮਰ ਸੀ ਸਾਲ 2000
ਤਕਰੀਬਨ ਮੀਆਂ ਸਾਹਿਬ ਨੇ ਕਦੋਂ ਤੁਹਾਡੇ ਕੋਲ ਪਰਿਵਾਰ ਜੀ ਸਾਡੇ ਕੋਲ ਮੀਆਂ ਸਾਹਿਬ ਕੋਈ ਟੈਡੀ ਵਗੈਰਾ ਕੋਈ ਟ੍ਰੈਂਡ ਨਹੀਂ ਸੀ ਨਹੀਂ ਨਹੀਂ ਟੈਡੀ ਆਇਆ ਸੀ ਮੀਆਂ ਸਾਹਿਬ ਵਾਲੇ ਮੀਆਂ ਸਾਹਿਬ ਵਾਲੇ ਟੈਡੀ ਸਲਾਰੇ ਟੈਡੀ ਆ ਜੀ ਬਿਲਕੁਲ ਮੈਂ ਸੰਨ 2003 ਦੇ ਵਿੱਚ ਇੱਕ ਮਰਤਬਾ ਸਾਡੇ ਕੋਲ ਬਿਜਲੀ ਮਾਰ ਗਈ ਅਤੇ ਮੈਂ ਮੀਆਂ ਸਾਹਿਬ ਅਕਸਰ ਵਾਕਿਆ ਸੁਣਦਾ ਵਾਕਿਆ ਸੁਣਾਓਗੇ ਜੀ 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 ਅਤੇ ਮੈਂ ਮੀਆਂ ਸਾਹਿਬ ਕੋਲ ਨਾ ਅਕਸਰ ਜਾਈਦਾ ਸੀ ਉਦੋਂ ਬੱਚੇ ਹੋਈ ਦੇ ਜਾਈਦੇ ਮੀਆਂ ਸਾਹਿਬ ਨੂੰ ਬੜੇ ਸ਼ੌਕ ਦੇ ਨਾਲ ਸ਼ੌਕ ਕਰਵਾ ਦਿਆ ਅੱਛਾ ਤਾਂ ਗੱਲ ਪੁੱਛਣੀ ਅਤੇ ਉਹਨਾਂ ਨੇ ਅੰਦਰੋਂ ਕਬੂਤਰ ਫੜ ਕੇ ਲਿਆਉਣਾ ਦਿਖਾਉਣਾ ਪਾਰੇ ਜਾਣਾ ਚਾਹੀਦਾ ਠੀਕ ਪੰਜੇ ਐਂਗੇ ਅੱਖ ਹੱਡੀ ਜੋੜ ਅਤੇ ਉਹ ਅਸੀਂ ਮੀਆਂ ਸਾਹਿਬ ਉਹਨਾਂ ਕਹਿਣਾ ਯਾਰ ਕੋਈ ਲੈ ਜਾਓ ਅਤੇ ਅਸੀਂ ਕਹਿਣਾ ਨਹੀਂ ਮੀਆਂ ਸਾਹਿਬ ਨੂੰ ਸਾਨੂੰ ਤੁਹਾਡੀ ਮਿਹਰਬਾਨੀ ਅੱਛਾ ਉਹ ਸਾਡਾ ਦੋਸਤ ਸੀ ਨਾਲ ਹੀ ਜਵੇਦ ਲੁਹਾਰ ਸੀ ਉਹਨੂੰ ਉਹ ਸਾਨੂੰ ਦਿੰਦਾ ਸੀ ਮੀਆਂ ਸਾਹਿਬ ਦੇ ਘਰ ਦਾਣਾ ਦੂਣਾ ਪਾਏ ਉਹ ਕਬੂਤਰ ਕਬਾਤਰ ਸਾਨੂੰ ਦਿੰਦੇ ਸੀ ਠੀਕ ਹੋ ਗਿਆ ਉਹ ਅਸੀਂ ਉੱਥੇ ਗਏ ਅਤੇ ਮੀਆਂ ਸਾਹਿਬ ਨੂੰ ਅਸੀਂ ਕਿਹਾ ਜੀ ਸਾਡੇ ਕਬੂਤਰ ਮਰ ਗਏ ਨੇ ਅਤੇ ਬਾਲੀਆਂ ਨੇ ਅਤੇ ਸਾਨੂੰ ਕਬੂਤਰ ਅੱਛਾ ਮੀਆਂ ਸਾਹਿਬ ਨੇ ਨਾ ਇੱਕ ਟੈਡੀ ਬੱਚਾ ਸੀ ਲਕਵੇ 'ਚ ਲਕਵੇ 'ਚ ਉਹ ਦੇ ਦਿੱਤਾ ਉਹਨਾਂ ਸਾਨੂੰ ਅੱਛਾ ਅਸੀਂ ਵਾਪਸੀ 'ਤੇ ਬੜੇ ਪਰੇਸ਼ਾਨ ਹੋਏ ਕਿ ਲੈਣ ਕੇ ਗਏ ਤਾਂ ਦੇਖ ਦਿੱਤਾ ਮੀਆਂ ਸਾਹਿਬ ਕੋਈ ਇੰਨੀ ਦੇਰ ਹੋ ਗਈ ਸਾਨੂੰ ਕਹਿੰਦੇ ਲੈ ਹੀ ਲੈ ਜਾ ਜੇ ਮੰਗਿਆ ਤਾਂ ਲਕਵੇ ਵਾਲਾ ਦੇ ਕਹਿੰਦੇ ਜਾ ਉਹ ਜਿੱਤ ਲੈਗਾ ਸਾਰੇ ਨਾਲ ਅੱਛਾ ਹਾਂਜੀ ਉਹ ਅਸੀਂ ਲਿਆ ਕੇ ਛੱਡਿਆ ਉਹਨੇ ਉਹ ਕੁੱਡਿਆ ਕੇ ਜਾਲ ਜੂੜ ਵੀ ਕੋਈ ਨਹੀਂ ਬਾਹਰ ਨਿਕਲਣਾ ਇੱਕ ਇੱਟ 'ਤੇ ਬਹਿਣਾ ਕਰਨਾ ਅਤੇ ਧੌਮ ਟੇੜੀ ਕਰ ਲੈਣੀ ਕਰਨੀ ਵਗੈਰਾ ਅਸੀਂ ਰੂਟੀਨ ਦੇ ਨਾਲ ਜਿਸ ਤਰ੍ਹਾਂ ਪੱਕੇ ਕਰੀਦੇ ਨੇ ਬੰਨੇ ਆ ਬਾਅਦ ਖੁੱਲ੍ਹਾ ਛੱਡਤਾ ਉਹ ਡਾਣਾ ਦੇ ਉਹਨੇ ਘੁੰਮ ਕੇ ਡੇਗ ਪੈਣਾ ਕਰਨਾ ਦੋ ਚਾਰ ਪੰਜ ਦਸ ਦਿਨ ਬਾਅਦ ਉਹ ਸਮਾਨ ਜਾਣ ਲੱਗ ਪਿਆ ਲੇਕਿਨ ਉੱਤੋਂ ਆ ਕੇ ਨਾ ਘੁੰਮ ਕੇ ਡਿੱਗਣਾ ਕਰਨਾ ਡਿੱਗਣਾ ਉਹਨੇ ਘਰ ਹੀ ਆ ਕੇ ਛੱਤ 'ਤੇ ਠੀਕ ਹੋ ਗਿਆ ਉਹ ਬਾਲੀਆਂ ਤੋਂ ਪਹਿਲੇ ਨਾ ਸਾਡੇ ਕੋਲ ਤਿਆਰ ਹੋ ਗਿਆ ਅੱਛਾ ਉਹ ਜਦੋਂ ਪਿਆਰੇ ਉੱਡਦੇ ਹੁੰਦੇ ਸੀ ਬਾਲੀਆਂ ਤਾਂ ਹੁੰਦੀਆਂ ਉਦੋਂ ਪਿਆਰੇ ਹਾਂਜੀ ਉਹ ਪਿਆਰੇ ਸੀ ਉਹਦੇ ਨਾਲ ਉਡਾਏ ਅਤੇ ਉਹਦਾ ਨਾਂ ਸੀ ਰੱਖਿਆ ਗਰੰਟੀਆਂ ਲਈ ਮਾਦੀ ਸੀ ਪੱਠੀ ਸੀ ਅੱਛਾ ਉਹ ਸਾਨੂੰ ਸਾਰੇ ਪਿਆਰੇ ਉਹਨੇ ਜਦੋਂ ਆਏ ਮੇਰੇ ਖਿਆਲ 'ਚ ਕੋਈ ਅੰਦਾਜ਼ਾ ਕੋਈ 3-4 ਸੀਜ਼ਨ ਸਾਡੇ ਕੋਲ ਉੱਡੀ ਮੀਆਂ ਸਾਹਿਬ ਵਾਲੀ ਗੱਲ ਪੂਰੀ ਹੋ ਗਈ ਡੈਡੀ ਸੀ ਅੱਛਾ ਅੱਛਾ ਨਹੀਂ ਪੂਰੀ ਹੋ ਗਈ ਪੂਰੀ ਹੋ ਗਈ ਗੱਲ ਜੀ ਉਹਨੇ ਕਹਿ ਕੇ ਦਿੱਤੀ ਉਹ ਪੂਰੀ ਹੋ ਤੁਹਾਡੇ ਕਹਿਣ ਦਾ ਮਤਲਬ ਮੈਂ ਬੜੇ ਕਥਾ ਗੁਲਾਮੀ ਮਾਂ ਹੋ ਅਕਸਰ ਮੈਂ ਇੱਕ ਤੁਹਾਡਾ ਇੰਟਰਵਿਊ ਤੁਹਾਡਾ ਵੀ ਦੇ ਰਿਹਾ ਜੇ ਹੋਰ ਦੋਸਤ ਨੇ ਕੀਤਾ ਸੀ ਕੋਈ ਉਸਤਾਦ ਰਹੀ ਸਾਨੂੰ ਕਹਿ ਰਿਹਾ ਸਨ ਕਿ ਮੈਂ ਅੰਡੇ 'ਚ ਦੱਸ ਦਿਆਂਗਾ ਵੀ ਇਹ ਚੈਂਪੀਅਨ ਹੋਏਗਾ ਕਿ ਨਹੀਂ ਉਹਨਾਂ ਬਾਰੇ ਦੱਸਣਾ ਕਿ ਨਹੀਂ ਦੱਸਣਾ ਲੇਕਿਨ ਅਸੀਂ ਆਪਣੀਆਂ ਅੱਖਾਂ ਦੇ ਨਾਲ 100 ਮਰਤਬਾ ਹੀ ਦੇਖਿਆ ਮੀਆਂ ਸਾਹਿਬ ਨੇ ਕਿਹਾ ਜਿਹੜੀ ਗੱਲ ਮੂੰਹੋਂ ਕੱਢੀ ਹੈ ਨਾ ਉਹ ਪੂਰੀ ਹੋਈ ਹੈ ਅੰਡੇ 'ਚ ਅੰਡੇ 'ਚ ਉਹਨਾਂ ਅੰਡਾ ਤਾਂ ਫਿਰ ਅੰਡਾ ਤਾਂ ਬਾਅਦ 'ਚ ਲਾਉਣਾ ਅਤੇ ਜੋੜਾ ਲਾਉਣ ਲੱਗੇ ਜੋੜਾ ਲਾਉਣ ਲੱਗੇ ਦੱਸਿਆ ਗਿਆ ਉਹਨਾਂ ਨੇ ਦੱਸਿਆ ਜੀ 4 ਵਜੇ ਬਹਿਗਾ ਅਤੇ 4 ਵਜੇ ਬੈਠਾ ਮਾਸ਼ਾਅੱਲਾ ਅਤੇ ਬਾਕੀ ਤਾਂ ਉਵੇਂ ਦਾ ਉਸਤਾਦ ਕਹਿੰਦੇ ਨੇ ਵੀ ਅੰਡੇ 'ਚ ਮੈਂ ਚੈਂਪੀਅਨ ਦੱਸ ਦਿਆਂਗਾ ਅਤੇ ਰਿਜ਼ਲਟ 11:30 ਬੁੱਕ ਹੋ ਜਾਂਦੇ 11:30 ਬੈਗ ਚੈਂਪੀਅਨ ਤਾਂ ਨਹੀਂ ਹੁੰਦੇ ਨਹੀਂ ਹੁੰਦੇ ਅੱਛਾ ਹੈਦਰ ਭਾਈ ਉਹਨਾਂ ਤੁਹਾਨੂੰ ਕੈਸੀਆਂ ਕੈਸੀਆਂ ਗੱਲਾਂ ਦੱਸੀਆਂ ਦੇਖੋ ਕਈ ਗੱਲਾਂ ਬੜੀਆਂ ਯਾਦ ਰਹਿੰਦੀਆਂ ਨੇ ਕੋਈ ਇੱਕ ਐਸਾ ਵਾਕਿਆ ਜਿਹੜਾ ਤੁਹਾਨੂੰ ਭੁੱਲੇ ਹੀ ਨਾ ਅੱਜ ਤੱਕ ਮੈਂ ਨਾ ਵਾਕਿਆ ਤਾਂ ਬੇਸ਼ੁਮਾਰ ਨੇ ਲੇਕਿਨ ਨਾ ਉਦੋਂ ਜ਼ਰਾ ਬੱਚੇ ਸਨ ਅਤੇ ਸਾਡਾ ਸ਼ੌਕ ਤਾਂ ਹੈ ਸੀ ਲੇਕਿਨ ਏਡਾ ਏਡਾ ਬਿਕ ਨਹੀਂ ਹੈ ਕਰਦੇ ਚੀਜ਼ਾਂ ਨੂੰ ਠੀਕ ਹੋ ਗਿਆ ਮਤਲਬ ਨਦਾਨੀ ਹੁੰਦੀ ਹੈ ਨਦਾਨੀ ਹੁੰਦੀ ਜਦੋਂ ਪ੍ਰੈਕਟੀਕਲ 'ਚ ਆਏ ਹਾਂ ਉਹ ਚੀਜ਼ਾਂ ਬਿਕ ਕਰਨ ਲੱਗ ਗਏ ਹਾਂ ਲੇਕਿਨ ਉਹਨਾਂ 'ਚੋਂ ਇੱਕ ਤੁਹਾਨੂੰ ਵਾਕਿਆ ਸੁਣਾ ਦਿੰਦਾ ਵਾ 67 ਟੈਂਟਾਂ ਵਾਲੇ ਦੀ ਛੱਤ 'ਤੇ ਨਾ ਮਾਡਲ ਰਾਉਣਾ ਹਾਂਜੀ ਬਾਕੀ ਸਾਰੀਆਂ ਚੀਜ਼ਾਂ ਮਜੋਰਟੀ ਲੋਕ ਦੱਸ ਸਕਦੇ ਨੇ ਇਹ ਕੋਈ ਨਹੀਂ ਦੱਸ ਸਕਦਾ ਵੀ ਇਹ ਨਹੀਂ ਹੋਵੇਗਾ ਠੀਕ ਹੋ ਗਿਆ ਮੇਰੇ ਕੋਲ ਇੱਥੇ ਇੱਕ ਉਸਤਾਦ ਆਏ ਤੁਹਾਡੇ ਤੋਂ ਪਹਿਲਾਂ ਜ਼ਿਕਰ ਹੋਣ ਡਿਆ ਜੀ 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 ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਉਹ ਖੇਤ ਵਾਲੀ ਛੱਤ ਤੋਂ ਜ਼ਿਕਰ ਹੋਣ ਡਿਆ ਥੱਲੇ ਉਹਨਾਂ ਨੇ ਨਾ 2 ਮੇਰੇ ਜੋੜੇ ਫੇਲ ਕਰ ਦਿੱਤੇ ਅੱਛਾ ਨੇੜੇ ਜੋੜੇ ਉਹ ਜਿਹੜੇ ਪਰਾਂ ਪਏ ਹਾਂਜੀ ਉਹਨਾਂ 2 ਜੋੜੇ ਫੇਲ ਕਰਤੇ ਮੈਂ ਉੱਥੇ ਜਦੋਂ ਆਉਣ ਡਿਆ ਤਾਂ ਮੈਂ ਆਪਣੇ ਲੜਕੇ ਨੂੰ ਕਿਹਾ ਕਾਸਮ ਨੂੰ ਮੈਂ ਕਿਹਾ ਇਹਨਾਂ ਦੋਨਾਂ ਦੇ ਬੱਚੇ ਲੈ ਕੇ ਆਉਣੇ ਉੱਤੋਂ ਅੱਛਾ ਪਹਿਲੋ ਸਾਲ ਇੱਥੇ ਆ ਕੇ ਬੈਠੇ ਉੱਤੋਂ ਬੱਚੇ ਲੈ ਕੇ ਆਇਆ ਥੱਲੇ ਉਹ ਹੀ ਸਾਹ ਜਿਹਨੇ ਥੱਲੇ ਮਾਂ ਪਿਓ ਫੇਲ ਕੀਤੇ ਇੱਥੇ ਜੋੜੇ ਬੱਚੇ ਚੁੰਮਣ ਲੱਗ ਪਿਆ ਇਹ ਬੱਚੇ ਚੈਂਪੀਅਨ ਹੋਣਗੇ ਕਬੂਤਰ ਮੀਆਂ ਸਾਹਿਬ ਉਹਨਾਂ ਦਿਖਾਇਆ ਕਿ ਮੀਆਂ ਸਾਹਿਬ ਸਾਡਾ ਕਬੂਤਰ ਰੋਜ਼ ਸ਼ਾਮ ਨੂੰ ਬੰਦਾ ਮੀਆਂ ਸਾਹਿਬ ਪੜ ਕੇ ਦੇਖਿਆ ਮੀਆਂ ਸਾਹਿਬ ਨੇ ਕਿਹਾ ਨਹੀਂ ਉੱਡ ਸਕਦਾ ਉੱਡ ਹੀ ਨਹੀਂ ਸਕਦਾ ਉਹਨਾਂ ਕਿਹਾ ਨਹੀਂ ਉੱਡ ਸਕਦਾ ਉਹ ਕਹਿੰਦੇ ਸ਼ਾਮ ਪੈਂਦਾ ਉਹ ਕਹਿੰਦੇ ਸ਼ਾਮ ਉਹ ਕਹਿੰਦੇ ਸ਼ਾਮ ਪੈਂਦਾ ਬਾਲੀਆਂ ਡਾ ਚੁੱਕੇ ਨੇ ਉਹਦੇ ਨਾਲ ਪਿਆਰੇ ਪੂਰੇ ਉਰਾ ਪਰ ਉਹਨਾਂ ਡਾਏ ਉਸੇ ਕਬੂਤਰ ਉਸੇ ਕਬੂਤਰ ਨਾਲ ਮੀਆਂ ਸਾਹਿਬ ਨੇ ਕਿਹਾ ਧਿਆਨ ਰੱਖੋ ਇਹ ਉੱਡਦਾ ਉੱਡਦਾ ਕੋਈ ਨਹੀਂ ਜੇ ਬਹਿ ਰਹਿੰਦਾ ਜੀ ਉਹਨਾਂ ਨੇ ਵੀ ਕੰਮ ਕੀਤਾ ਉਹਨਾਂ ਨੇ ਨਾ ਭਰ ਕੇ ਉਹਨੂੰ ਰੰਗ ਲਾ ਅੱਜ ਰਾਤ ਸੁਬਹਾ ਛੱਡਿਆ ਉਸੇ ਤਰ੍ਹਾਂ ਦਾ ਉਹਨਾਂ ਧਿਆਨ ਰੱਖਿਆ ਉਹ ਹਾਫ 'ਚ ਗਿਆ
ਲੰਮਾ ਹੋ ਗਿਆ ਉਹ ਨਾ ਮੋਟਰਸਾਈਕਲ ਉਹ ਤੋਂ ਵੱਧ ਹੀ ਨਹੀਂ ਸੀ ਹੁੰਦੀ ਉਹ ਨਾ ਮੋਟਰਸਾਈਕਲ ਕੱਢੀਆਂ ਉਹ ਜੋ ਟਾਊਨ ਕਿਤੇ ਟਾਵਰ 'ਤੇ ਜਾ ਕੇ ਬਹਿ ਗਏ ਬਹਿ ਗਿਆ ਸਾਰਾ ਦਿਨ ਥੱਲੇ ਬੈਠੇ ਰਿਹਾ ਉੱਡੇ ਜੇ ਉੱਤਾਂ ਜਾਵੇ ਅਤੇ ਆ ਕੇ ਫਿਰ ਬਹਿ ਜਾਵੇ ਉੱਥੇ ਜਦੋਂ ਸ਼ਾਮ ਹੋਈ ਪੰਜ ਸਾਢੇ ਪੰਜ ਹੋਈ ਉੱਥੋਂ ਉੱਡਿਆ ਘਰ ਆ ਗਿਆ ਆਇਆ ਉਸੇ ਲੈਗਰ ਦੇ ਵਿੱਚ ਕਿ ਮੁਨ ਸਾਹਿਬ ਨਹੀਂ ਕੱਟ ਸਕਦਾ ਕਿ ਗਲਤ ਆਇਆ ਅਥੜਾ ਜਿਹਾ ਆ ਕੇ ਬਹਿ ਗਿਆ ਉਹਨਾਂ ਨੇ ਕਿਹਾ ਮੀਆਂ ਦਾ ਆ ਕੇ ਨਹੀਂ ਉੱਠਦਾ ਕਬੂਤਰ ਵੇਖਾ ਉਹਨਾਂ ਦਾ ਮੈਨੂੰ ਉਹਨਾਂ ਦੀ ਯਕੀਨ ਕਰੋ ਵਿੱਚ ਤਸਵੀਰ ਨਜ਼ਰ ਆਉਂਦੀ ਬਿਲਕੁਲ ਔਰ ਮੈਂ ਤੁਸੀਂ ਵੇਖਿਆ ਮੈਂ ਦੇਖੋ ਹਾਲਾਂ ਅਸੀਂ ਸਟਾਫ ਲਾ ਕੇ ਅਹਿਮਦ ਖਾਨ ਸਾਹਿਬ ਪਾਰਟੀ ਹਾਂ ਤੁਸੀਂ ਮੀਆਂ ਨਜ਼ੀਰ ਸਾਹਿਬ ਪਾਰਟੀ ਹੋ ਲੇਕਿਨ ਮੈਂ ਤਸਵੀਰ ਲਾ ਵੀ ਲਾਉਣਾ ਵੇਖੋ ਜਿਹੜਾ ਅੱਛਾ ਖਿਲਾੜੀ ਹੈ ਉਹਨਾਂ ਦਾ ਨਾਂ ਜਿਹੜਾ ਅੱਲਾ ਪਾਕ ਨੇ ਉਹਨਾਂ ਨੂੰ ਦਿਮਾਗ ਦਿੱਤਾ ਉਹ ਦਿਮਾਗ ਦਿੱਤਾ ਉਹ ਕਿਸੇ ਮੈਂ ਤਾਂ ਮਿਸਾਲ ਦੇਣਾ ਵਾ ਜਿਵੇਂ ਉਹ ਹਕੀਮ ਲੁਕਮਾਨ ਨੂੰ ਅੱਲਾ ਨੇ ਦਿੱਤਾ ਸੀ ਨਾ ਜੀ 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 ਉਹ ਜਿਹੜੀ ਬੂਟੀ ਨੂੰ ਹੱਥ ਲਾ ਉਹ ਦੱਸਦੀ ਸੀ ਕਿ ਮੈਂ ਇੱਥੇ ਇੱਥੇ ਕੰਮ ਆ ਕੰਮ ਆ ਮੀਆਂ ਸਾਹਿਬ ਵੀ ਕਬੂਤਰਬਾਜ਼ੀ ਦੇ ਵਿੱਚ ਸਮਝ ਲਓ ਕਿ ਹਕੀਮ ਲੁਕਮਾਨ ਹਕੀਮ ਲੁਕਮਾਨ ਹੀ ਸਰ ਔਰ ਉਹਨਾਂ ਨੇ ਪਰਿੰਦੇ ਨੂੰ ਅੱਜ ਫੜ ਕੇ ਅਤੇ ਦੱਸਿਆ ਵੇ ਕਿ ਇੰਝ ਦਾ ਪਰਿੰਦਾ ਬਣਾ ਸਕਦਾ ਮੈਂ ਉਹਨਾਂ ਦੀ ਹਰ ਚੀਜ਼ ਦੀ ਬਣਾਈ ਮੋਤੀ ਪਰੋਸ਼ਦੇ ਨੇ ਮੋਤੀ ਪਰੋਸ਼ਦੇ ਨੇ ਇਹ ਅਸੀਂ ਜਿੰਨੀ ਤਾਰੀਫ ਕਰੀਏ ਨਾ ਅਗਰ ਤੁਸੀਂ ਹੁਣ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਕਬੂਤਰ ਉੱਡ ਰਹੇ ਨਾ ਮੀਆਂ ਸਾਹਿਬ ਉਹਨਾਂ ਦੀ ਬੇਸ ਹੋਈ ਮੀਆਂ ਸਾਹਿਬ ਦਾ ਪਾ ਰਿਹਾ ਬੇਸ ਹੋਈ ਬੇਸ ਹੋਈ ਬੇਸ ਤੁਸੀਂ ਇਹਨੂੰ ਕੋਈ ਹੁਣ ਨਾ ਮੰਨੇ ਹੁਣ ਫੌਤ ਹੋ ਲੇਕਿਨ ਬੇਸ ਹੋ ਗਈ ਉਹ ਤੇ ਫਿਰ ਜਿਹੜਾ ਨਹੀਂ ਮੰਨਦਾ ਉਹ ਤੇ ਫਿਰ ਆਪਣੇ ਆਪ ਨਾਲ ਜਾਤੀ ਕਰਦਾ ਜਾਂ ਆਪਣੇ ਆਪ ਨੂੰ ਬਿਲਕੁਲ ਵੇਖੋ ਤੇ ਹੈਦਰ ਭਾਈ ਜਦੋਂ ਤੁਸੀਂ ਬਾਜ਼ੀਆਂ ਡਾਲੀਆਂ ਸ਼ੁਰੂ ਕਰ ਦਿੱਤੀਆਂ ਤੁਹਾਡੀ ਪਹਿਲੀ ਬਾਜ਼ੀ ਕਿਹਦੇ ਨਾਲ ਲੱਗੀ ਸਾਡੀ ਪਹਿਲੀ ਬਾਜ਼ੀ ਉਹ ਗੋਲਾਖੋਰੀ ਵਾਲੇ ਉਹਨਾਂ ਮੁੰਡਿਆਂ ਨਾਲ ਹੀ ਲੱਗੀ ਸੀ ਕੀ ਨਾਮ ਉਹ ਹਨੀਫ ਡੋਗਰ ਸੀ ਉਹਦੇ ਨਾਲ ਅਸੀਂ ਹੁੰਦੇ ਹਾਂ ਪੰਜ ਛੇ ਸਾਲ ਫਿਰ ਉਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਫਿਰ ਪਿਆਰੇ ਅਸੀਂ ਉਡਾਉਂਦੇ ਹੁੰਦੇ ਹਾਂ ਅੱਛਾ ਅਤੇ ਮੇਰਾ ਨਹੀਂ ਖਿਆਲ ਕੋਈ ਐਸਾ ਬੰਦਾ ਬਚ ਗਿਆ ਹੋਵੇ ਜਿਹੜਾ ਸਾਡਾ ਹਰੀਫ ਹੋਵੇ ਅਸੀਂ ਜਿੱਤਿਆ ਨਾ ਜਦੋਂ ਸਾਡੇ ਕਬੂਤਰ ਜਦੋਂ ਰਾਤ ਬਹਿਣੇ ਸ਼ੁਰੂ ਹੋਏ ਸੀ ਨਾ ਜੀ ਜੀ ਮੀਆਂ ਸਾਹਿਬ ਦੀ ਜ਼ਬਾਨੀ ਸੀ ਕਿ ਮੀਆਂ ਸਾਹਿਬ ਕਿਉਂਕਿ ਮੀਆਂ ਸਾਹਿਬ ਸਾਰੀ ਕਬੂਤਰਬਾਜ਼ੀ ਨੂੰ ਜਾਣਦੇ ਹਨ ਜਾਣਦੇ ਸਨ ਅਤੇ ਅਸੀਂ ਤਾਂ ਘੱਟ ਹੀ ਲੋਕਾਂ ਨਾਲ ਮਿਲਦੇ ਹਨ ਨਾਲੇ ਤੁਹਾਨੂੰ ਪਤਾ ਉਦੋਂ ਜਿਹੜੇ ਨੇ ਜਿਹੜੇ ਸਾਡੀ ਟਰਾਂਸਪੋਰਟ ਏਡੀ ਆਮ ਨਹੀਂ ਸੀ ਨਹੀਂ ਸੀ ਜਦੋਂ ਤੁਸੀਂ ਟਰੈਵਲ ਕਰਨਾ ਤਾਂ ਲੋਕਲ ਹੀ ਟਰੈਵਲ ਕਰਦੇ ਸਾਡੇ ਬਿਲਕੁਲ ਜਾਂ ਮੋਟਰਸਾਈਕਲਾਂ ਕੱਢ ਲੈਂਦੇ ਵੀ ਇੰਨੀ ਦੂਰ ਨਹੀਂ ਸੀ ਲੋਕ ਘੱਟ ਹੁੰਦੀ ਆ ਹਾਂਜੀ ਅਤੇ ਉਹ ਮੀਆਂ ਸਾਹਿਬ ਦੀ ਜ਼ਬਾਨੀ ਸੀ ਕਿ ਅਗਰ ਕੋਈ ਰਾਤ ਨੂੰ ਜਿਹੜਾ ਕਬੂਤਰ ਬਹਿੰਦਾ ਨਾ ਤੁਹਾਡਾ ਨਸੀਬ ਰਾਤ ਸਾਰੀ ਦੁਨੀਆ ਦੇ ਰਹਿੰਦੇ ਨੇ ਅੱਛਾ ਹਾਂਜੀ ਜਦੋਂ ਮੈਂ ਸਨ 2001-2 ਦੀ ਗੱਲ ਤੁਹਾਨੂੰ ਦੱਸ ਰਿਹਾ ਅੱਛਾ ਹਾਂਜੀ ਸਾਡਾ ਕਬੂਤਰ ਸੀ ਅਸੀਂ ਉਹਨਾਂ ਨਾਲ ਨਸੀਬ ਰੱਖਿਆ ਸੀ ਉਹ ਹੁੰਦੇ ਹਨੇਰੇ ਦੇ ਵਿੱਚ ਬਹਿੰਦਾ ਹੈ ਬਗੈਰ ਲਾਈਟ ਤੋਂ ਬਗੈਰ ਲਾਈਟ ਤੋਂ ਹਾਂਜੀ ਕੋਈ ਲਾਈਟ ਨਹੀਂ ਸੀ ਲਾਇਆ ਵੀ ਨਹੀਂ ਸੀ ਲਾਈਟ ਠੀਕ ਫਿਰ ਉਸ ਤੋਂ ਬਾਅਦ ਇੱਕ ਸਾਡਾ ਕੱਕਾ ਕਬੂਤਰ ਸੀ ਉਹਨਾਂ ਹੈ ਚੀਨਾ ਸੀ ਅਸੀਂ ਉਹਨਾਂ ਨਾਲ ਕੱਕਾ ਰੱਖਿਆ ਫਿਰ ਇੱਕ ਉਹ ਗਰੰਟੀਆਂ ਵੀ ਜਿਹੜੀ ਮਾਦੀ ਤੁਹਾਨੂੰ ਦੱਸੀ ਹੈ ਜੀ 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 ਜਿਹੜੀ ਲੱਕੜੀ ਹਾਂਜੀ ਇੱਕ ਗੋਲਡਨ ਮਾਦੀ ਸੀ ਮੀਆਂ ਸਾਹਿਬ ਦੇ ਘਰੋਂ ਵੀ ਆਈ ਸੀ ਉਹਨਾਂ ਨਾਲ ਨੂਰਾ ਰੱਖਿਆ ਸਾਰੇ ਕਬੂਤਰ ਜਦੋਂ ਹਨੇਰੇ 'ਚ ਪੈਂਦੇ ਹਨ ਕਿਸੇ ਬੰਦੇ ਦਾ ਮੀਆਂ ਸਾਹਿਬ ਦੀ ਜ਼ਬਾਨੀ ਸੀ ਕਿ ਹਾਲੀ ਕਿਸੇ ਦਾ ਹਨੇਰੇ 'ਚ ਨਹੀਂ ਪੈਂਦਾ ਰਾਤ ਰਹਿ ਜਾਂਦੇ ਨੇ ਅਗਲੇ ਦਿਨ ਆਉਂਦੇ ਹਨੇਰੇ 'ਚ ਘਰ ਨਹੀਂ ਘਰ ਨਹੀਂ ਸੀ ਬੰਦੇ ਲੋਕਾਂ ਨੇ ਉਦੋਂ ਵੀ ਲਾਈਟਾਂ ਲੁਟਾਂ ਲਾਈਆਂ ਹੈਦਰ ਭਾਈ ਉਸ ਦੌਰ 'ਚ ਤੁਸੀਂ ਕੀ ਦਿੰਦੇ ਲੈਂਦੇ ਹੋ ਜਾਂ ਮੀਆਂ ਸਾਹਿਬ ਨੇ ਤੁਹਾਨੂੰ ਕੋਈ ਦਿੱਤਾ ਜਾਂ ਚਾਚੇ ਮੈਂ ਤੁਹਾਨੂੰ ਦੱਸਣਾ ਵਾ ਅਸੀਂ ਸਿੰਪਲ ਕਬੂਤਰ ਜਿਸ ਤਰ੍ਹਾਂ ਕੋਈ ਕਬੂਤਰਬਾਜ਼ੀ ਦਾ ਨਹੀਂ ਪਤਾ ਹੈਗਾ ਅੱਛਾ ਖੁੱਡੇ ਅੱਗੇ ਜਾਲ ਵੀ ਨਹੀਂ ਸੀ ਹੁੰਦਾ ਠੀਕ ਹੋ ਗਿਆ ਐਂ ਜੀ ਦਾਣਾ ਪਾਇਆ ਦੇ ਅੰਦਰ ਦੇ ਅੰਦਰੋਂ ਬਾਹਰ 'ਤੇ ਕੱਢ ਕੇ ਮਾਰਿਆ ਪੈਰ 'ਤੇ ਚਲੋ ਉੱਡ ਗਏ ਮੀਆਂ ਸਾਹਿਬ ਦਾ ਇੱਕ ਸ਼ਹੀਦ ਸੀ ਉਹਦਾ ਨਾਂ ਹੈ ਚਾਚਾ ਪੋਤੂ ਹਿਆ ਅਤੇ ਅਲੀ ਫਾਲਜ ਹੋ ਗਿਆ ਅੱਛਾ ਉਹ ਕਿਹੜੀ ਜਗ੍ਹਾ ਕਸੂਰ ਦੇ ਕਸੂਰ ਦੇ ਅੱਛਾ ਉਹ ਮੀਆਂ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਇਹਦੇ ਕੋਲ ਇਹ ਤੁਹਾਡੇ ਕਬੂਤਰ ਉਡਾ ਜਾਏਗਾ ਠੀਕ ਹੋ ਗਿਆ ਮੈਂ ਦੋ ਬੰਦਿਆਂ ਨੂੰ ਉਡਾਣ ਦੇ ਵਿੱਚ ਜਿਹੜੇ ਮੈਂ ਆਪਣੀ ਪ੍ਰੈਕਟੀਕਲ ਲਾਈਫ ਉਹਨੂੰ ਮੈਂ ਦੇਖਿਆ ਅਤੇ ਹਾਫਿਜ਼ ਸਾਹਿਬ ਦਾ ਮੈਂ ਸੁਣਿਆ ਹਾਫਿਜ਼ ਨਹੀਂ ਭੱਟੀ ਸਾਹਿਬ ਤੋਂ ਜਾਣ ਠੀਕ ਹੋ ਗਿਆ ਕਹਿ ਕੇ ਕਬੂਤਰ ਉਡਾ ਦਿੰਦੇ ਸੀ ਇਹ ਉੱਡੇਗਾ ਸ਼ਾਮ ਇਹ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਨਸੀਬ ਇੱਕ ਘੰਟਾ ਹੋ ਗਿਆ ਹੁੰਦਾ ਬੰਦ ਨਹੀਂ ਗਿਆ ਪੂਰੀ ਆਪਣੀ ਜ਼ਿੰਦਗੀ ਦੇ ਵਿੱਚ ਬੰਦ ਨਹੀਂ ਗਿਆ ਅੱਛਾ ਜੇਠ 'ਚ ਵੀ ਕਦੀ ਬੰਦ ਨਹੀਂ ਗਿਆ ਉਹਨਾਂ ਨੇ ਫੜੇ ਰਾਤ ਕਬੂਤਰ ਸੀ ਉਹਨਾਂ ਨੂੰ ਦਿਖਾਇਆ ਸਾਡੇ ਕੋਲ 12-13 ਕਬੂਤਰ ਸੀ ਇੱਕ ਸਾਡੇ ਕੋਲ ਮਾਦੀ ਸੀ ਜਿਹੜੀ ਪੈਂਦੀ ਸੀ 2-3 ਵੀ ਅਤੇ ਬਾਕੀ ਇਹ ਸੁਬਾਹ ਜਲਦੀ ਪੈ ਜਾਂਦੇ ਆ ਪੰਜ ਕਬੂਤਰ ਪਾਉਣੇ ਉਹਨਾਂ ਪੰਜਾਂ ਜੇ ਉਹ ਪਾ ਲਿਆ ਸਿਲੈਕਟ ਕਰ ਲਿਆ ਵੀ ਐਡ ਆ ਅਸੀਂ ਉਹਨਾਂ ਕਿਹਾ ਜੀ ਇਹ ਤਾਂ ਘੰਟਾ ਉੱਡ ਤਾਂ ਦੂਸਰੇ 9-10 ਵਜੇ ਬਹਿੰਦੇ ਨੇ ਅੱਛਾ ਉਹਨਾਂ ਕਿਹਾ ਜੀ ਇਹ ਤੁਸੀਂ ਪਾਓ ਇਹ ਮਾਦੀ ਜਿਹੜੀ ਤੁਹਾਡੀ ਬਹਿੰਦੀ ਨਾ 2-3 ਵੀ ਕੱਢ ਦਿਓ ਅਰੇ ਹਾਰ ਕੇ ਬਹਿ ਰਿਹਾ ਤਾਂ ਮੈਂ ਜ਼ਿੰਮੇਦਾਰ ਵੈਰੀ ਗੁੱਡ ਅਸੀਂ ਕਿਹਾ ਇਹਨੂੰ ਕੈਦੋ ਕੱਢਣਾ ਅਸੀਂ ਉਹ ਵਿੱਚੋਂ ਇੱਕ ਹੋਰ ਕੱਢ ਕੇ ਦੋ ਪਾ ਲਿਆ ਅੱਛਾ ਉਸ ਦਿਨ ਵੈਰੀ ਫਸਟ ਡੇ
ਉੱਠ ਘੰਟਾ ਅੱਗੇ ਹੋਇਆ ਸੀ ਉਹ ਮੁਸ਼ਰਫ ਦੌਰ ਵਾਲਾ ਘੰਟਾ ਅੱਗੇ ਹੋਇਆ ਸੀ ਬਿਲਕੁਲ ਠੀਕ ਤੇ 8 ਵਜ ਕੇ ਦੱਸਾਂਗੇ 12 ਮਿੰਟਾਂ ਤੇ ਬੈਠਾ ਸੀ ਵਾਹ ਭਾਈ ਵਾਹ ਤੇ ਬਿਲਕੁਲ ਜਾਲ ਦੇ ਉੱਤੇ ਸਾਰਾ ਦਿਨ ਰਿਹਾ ਫਿਰ ਅਸੀਂ ਉਹਨਾਂ ਅੱਛਾ ਰਿਹਾ ਵੀ ਥੱਲੇ ਬੰਦ ਫਿਰ ਬੰਦ ਗਿਆ ਨਹੀਂ ਜਾਂਦਾ ਹੀ ਨਹੀਂ ਸੀ ਬੰਦ ਹੀ ਜਾਂਦਾ ਹੀ ਨਹੀਂ ਸੀ ਨਹੀਂ ਉਹ ਮੈਡੀਸਨ ਨਾਲ ਜਾਂ ਦਵਾਈ ਨਹੀਂ ਦਵਾਈ ਨਾਲ ਕੁਝ ਕਿਸੇ ਨਾਲ ਵੀ ਨਹੀਂ ਬੰਦ ਗਿਆ ਉਹ ਫਿਰ ਉਸ ਰੂਟੀਨ ਨਾਲ ਉੱਡਿਆ ਸਾਡੇ ਕੋਲ ਇੰਜ ਹੀ ਬੈਂਦਾ ਥੱਲੇ ਹੀ ਗਿਰਦਾ ਸੀ ਸ਼ਾਮ ਤੱਕ ਹਾਫ 'ਚ ਜਾਣ ਲੱਗ ਪਿਆ ਜਿਵੇਂ ਜਿਵੇਂ ਸਿਆਣਾ ਹੋਇਆ ਉਹ ਮੈਂ ਉਹਨਾਂ ਨੂੰ ਦੇਖਿਆ ਯਾ ਹਾਫ ਸਾਹਿਬ ਦਾ ਮੈਂ ਸੁਣਿਆ ਭਾਜੀ ਉਸ ਦੱਸਦੇ ਹੁੰਦੇ ਨੇ ਹਾਫ ਸਾਹਿਬ ਨੇ ਕਿਹਾ ਕਿ ਕਿਹਾ ਵੀ ਆ ਸ਼ਾਮ ਹੁੰਦਾ ਰੋਜ਼ ਹੀ ਸ਼ਾਮ ਨੂੰ ਬੈਠਾ ਵੈਸੇ ਕੋਈ ਖਾਸ ਨਾਇਕ ਸੀ ਅੱਛਾ ਦਾਣਾ ਪਾਣੀ ਸੀ ਸੰਭਾਲ ਚ ਕੀ ਕਬੂਤਰ ਮਿਸਾਲ ਦੇ ਤੌਰ ਤੇ ਕਬੂਤਰ ਉੱਤੋਂ ਆ ਗਿਆ ਤੁਹਾਡਾ ਕਬੂਤਰ ਖਰਾਬ ਹੋਇਆ ਵੇ ਮੈਡੀਸਨ ਜ਼ਿਆਦਾ ਲੱਗ ਗਈ ਜਾਂ ਵੈਸੇ ਕਿ ਸਮਝੋ ਕਬੂਤਰ ਖਰਾਬ ਹੋ ਗਿਆ ਜਿਵੇਂ ਜੇਠ 'ਚ ਲੋਕਾਂ ਦੇ ਕਬੂਤਰ ਮਰਦੇ ਨੇ ਨਹੀਂ ਕਬੂਤਰ ਖਰਾਬ ਹੋਣ ਦੀ ਕੋਈ ਵਜ੍ਹਾ ਹੁੰਦੀ ਨਾ ਨਹੀਂ ਜਾਂ ਕਿਸੇ ਨੇ ਗਲਤ ਮੈਡੀਸਨ ਦੇ ਦਿੱਤੀ ਉਹ ਖਰਾਬ ਹੋ ਗਿਆ ਜਾਂ ਕਿਸੇ ਦੀ ਕੋਰ 'ਚ ਦਾਣਾ ਰਹਿ ਗਿਆ ਮੈਂ ਤਾਂ ਉਹੀ ਦੱਸਣਾ ਹੈ ਨਾ ਕਬੂਤਰ ਉੱਤੋਂ ਜੋ ਆਇਆ ਤਾਂ ਖਰਾਬ ਹੋਇਆ ਕਿਸੇ ਵਜ੍ਹਾ ਤੋਂ ਹੀ ਹੋਇਆ ਨਾ ਜੀ ਉਹ ਜਾਂ ਤਾਂ ਮੈਡੀਸਨ ਵਾਫਰ ਦੇ ਦਿੱਤੀ ਉਹਨੂੰ ਜਾਂ ਵਾਫਰ ਤੋਂ ਇਲਾਵਾ ਉਹਨੂੰ ਪਹਿਲੀ ਵਾਰੀ ਦਿੱਤੀ ਜਾਂ ਅੱਗੇ ਨਹੀਂ ਉਹਨੂੰ ਟਰਾਈ ਲਾਇਆ ਜਾਂ ਕੋਈ ਨਹੀਂ ਉਹਨੂੰ ਰਸੇ ਪਾਇਆ ਮੈਡੀਸਨ 'ਤੇ ਜਾਂ ਦਾਣਾ ਰਹਿ ਗਿਆ ਇਹ ਦੋ ਹੀ ਚੀਜ਼ਾਂ ਹੁੰਦੀਆਂ ਨਾ ਜ਼ਿਆਦਾਤਰ ਇਹਨੂੰ ਅਸੀਂ ਕਾਊਂਟ ਕਰਦੇ ਹਾਂ ਕਿ ਕਬੂਤਰ ਉੱਤੋਂ ਆ ਕੇ ਲੋਕਾਂ ਦੇ ਮਰਦੇ ਵੀ ਇੰਜੀ ਨੇ ਜਿਹੜੇ ਨਹੀਂ ਪਲਟਾ ਹੁੰਦੇ ਅੱਛਾ ਤੁਸੀਂ ਕਬੂਤਰ ਪਲਟਾ ਕੇ ਖਾਂਦੇ ਹੋ ਜੀ ਅਸੀਂ ਵਾਸ਼ ਕਰਦੇ ਹਾਂ ਸੁਬਾਹ ਕਿੰਨੇ ਮੈਂ ਵਿਸਾਖ ਜਦੋਂ ਆ ਗਿਆ ਨਾ ਜਿਹੜਾ ਕਬੂਤਰ ਫੜ ਕੇ ਪੈ ਗਿਆ ਇੱਕ ਦਿਨ ਵੀ ਨਹੀਂ ਰਿਸਕ ਲੈਂਦਾ ਅੱਛਾ ਇਹ ਸਾਡੀ ਲਾਹੌਰ ਦੀ ਕਬੂਤਰਬਾਜ਼ੀ ਅੱਛਾ ਬਾਹਰ ਲੋਕਾਂ ਦਾ ਟ੍ਰੈਂਡ ਹੋ ਗਿਆ ਠੀਕ ਹੋ ਗਿਆ ਵਿਸਾਖ ਤੋਂ ਬਾਅਦ ਮੈਂ ਕਬੂਤਰ ਵਾਸ਼ ਕਰਕੇ ਖਾਂਦਾ ਲੇਕਿਨ ਪੂਰੀ ਪੂਰੀ ਕਬੂਤਰਬਾਜ਼ੀ ਦੇ ਵਿੱਚ ਜਿੰਨੀ ਵਸੀ ਕੀਤੀ ਹੈ ਅੱਜ ਤੱਕ ਇੱਕ ਸਿੰਗਲ ਬਬੂਆ ਨਹੀਂ ਹੋਇਆ ਕਬੂਤਰ ਉੱਡ ਗਿਆ ਮੇਰੇ ਕੋਲ ਠੀਕ ਹੋ ਗਿਆ ਤੁਹਾਡੀ ਲਾਈਫ 'ਚ ਇਹੋ ਜਿਹਾ ਪੂਰੀ ਲਾਈਫ ਦੇ ਵਿੱਚ ਨਹੀਂ 2019 ਵਾਲੀਆਂ ਫੜਕਾਂ ਇਸ ਤਰ੍ਹਾਂ ਸਨ ਕਿ ਬਾਹਰ ਮੂੰਹ ਨਹੀਂ ਸੀ ਨਿਕਲਦਾ ਹੈਗਾ ਫੜਕਾਂ ਦੇ ਵਿੱਚ 40 ਦਿਨ ਗਰਮੀ ਪਈ ਕਨਸਿਸਟੈਂਟ ਰੋਜ਼ਿਆਂ ਦੇ ਵਿੱਚ ਪਹਿਲੀ ਬਾਰੀ ਵਾਲੇ ਦਿਨ ਮੌਸਮ ਖਰਾਬ ਹੋਇਆ ਸੀ ਬਿਲਕੁਲ ਅਤੇ ਇੱਕ ਦਿਨ ਨਹੀਂ ਦਬਾ ਕਰਦੇ ਬਿਲਕੁਲ ਇੱਕ ਦਿਨ ਨਹੀਂ ਸਾਨੂੰ ਜ਼ਰੂਰਤ ਪਈ ਕਿ ਯਾਰ ਸਾਨੂੰ ਫਲਾਣੀ ਸੀ ਉਹ ਠੀਕ ਠੀਕ ਕਬੂਤਰਬਾਜ਼ੀ ਬਹੁਤ ਆਸਾਨ ਹੈ ਸਾਡੀਆਂ ਗੱਲਾਂ ਨੇ ਮੁਸ਼ਕਲ ਕਰ ਦਿੱਤੀਆਂ ਅੱਛਾ ਕਬੂਤਰਬਾਜ਼ੀ ਆਸਾਨ ਹੈ ਸਾਡੀਆਂ ਗੱਲਾਂ ਨੂੰ ਇਹ ਮੈਂ ਤੁਹਾਨੂੰ ਸ਼ੋਰਟੀ ਦੇ ਨਾਲ ਕਹਿੰਦਾ ਜਿੰਨੇ ਉਸਤਾਦ ਉਹ ਸਾਰੇ ਕਾਬਲ ਇਹਤਰਾਮ ਨੇ ਅਸੀਂ ਹਾਲੇ ਸਾਨੂੰ ਅਸੀਂ ਉਸ ਲੈਵਲ 'ਤੇ ਨਹੀਂ ਹੈਗੇ ਸਾਡੀ ਗੱਲ ਨੂੰ ਤੁਸੀਂ ਅਥੈਂਟੀਕੇਸ਼ਨ ਦੇਖੋ ਇੱਜ਼ਤ ਹੋਣਾ ਉਹ ਗੱਲ ਹੈ ਟੈਗ ਲੱਗਣਾ ਇੱਕ ਹੋਰ ਗੱਲ ਹੈ ਫਲਾਣਾ ਬੰਦਾ ਚੈਂਪੀਅਨ ਜੋ ਗੱਲ ਕਰਨ ਡਿਆ ਉਹਦੀ ਗੱਲ ਨੂੰ ਜ਼ਿਆਦਾ ਫੋਕਸ ਦਿੱਤੀ ਜਾਂਦੀ ਠੀਕ ਗੱਲ ਹੈ ਜਿੰਨੇ ਚੈਂਪੀਅਨ ਲੋਕ ਨੇ ਅੱਲਾਹ ਪਾਕ ਉਹਨਾਂ ਨੂੰ ਜ਼ਰੂਰ ਇੱਜ਼ਤ ਦੇ ਮੈਂ ਕਿਸੇ ਦੀ ਨਫੀ ਨਹੀਂ ਕਰ ਰਿਹਾ ਜੋ ਦੱਸ ਰਹੇ ਹੁੰਦੇ ਨੇ ਨਾ ਉਹ ਕਰਨ ਨਹੀਂ ਡਏ ਹੁੰਦੇ ਆਪ ਉਹ ਸਾਦਾ ਉਹ ਹੀ 3-4-5 ਰੁਪਏ ਵਾਲਾ ਕੰਮ ਆਹੋ ਆਪ ਸਸਤਾ ਹੀ ਕੰਮ ਆਪ ਉਹ ਹੀ ਕੰਮ ਕਰ ਰਹੇ ਨੇ ਲੇਕਿਨ ਦੱਸਦੇ ਸਟੋਰੀਆਂ ਦੱਸਦੇ ਦੂਸਰਿਆਂ ਨੂੰ ਕਸਤੂਰੀਆਂ ਦੱਸਣੀਆਂ ਉਹਨਾਂ ਖਾਣਾ ਉਹ ਇਹ ਸ਼ੋਰਟੀ ਦੇ ਨਾਲ ਗੱਲ ਹੀ ਨਹੀਂ ਤਾਂ ਕਿਤੇ ਪ੍ਰੈਕਟੀਕਲ ਕਰਕੇ ਵੇਖ ਲੈਣਾ ਤੁਸੀਂ ਜਾਓਗੇ ਬੜੀ ਆਸਾਨ ਕਬੂਤਰਬਾਜ਼ੀ ਕਰਨ ਅਗਲੇ ਨੂੰ ਉਹ ਦੱਸਣ ਦੇ ਹੁਣ ਇੱਕ ਬੰਦੇ ਨੂੰ 20 ਘੰਟੇ ਜਾ ਕੇ ਨਾ ਪਵੇ ਉਹ ਤਾਂ ਵਿਚਾਰਾ ਫਾਰਗ ਹੋ ਗਿਆ ਉਹ ਕਹਿੰਦਾ ਮੈਂ ਕਿਵੇਂ ਮੈਂ ਤਾਂ ਕਰ ਹੀ ਨਹੀਂ ਸਕਦਾ ਵਿਆਹ ਕੁਛ ਹੀ ਕਰ ਲੈਣਾ ਸਵੇਰੇ ਆ ਕੇ ਪਲਟ ਕੇ ਲਾ ਤੇ ਸੌ ਗਏ ਆ 11 ਵਜੇ ਉੱਠੇ ਆ ਤੇ ਸੰਭਾਲ ਲੈਣੇ ਤੇ 5 ਵਜੇ ਸੌ ਗਏ ਤੇ ਰਾਤ 10 ਵਜੇ ਉੱਠ ਕੇ ਫਿਰ ਪਾਣੀ ਦਿੱਤਾ 2 ਵਜੇ ਪਾਣੀ ਤੇ ਲੋਕਾਂ ਨੂੰ ਦੱਸਣਾ ਤੁਸੀਂ ਸਵੇਰੇ ਉੱਠਣਾ 3 ਵਜੇ ਤੇ ਰਾਤ 12 ਵਜੇ ਸੌਣਾ ਤੇ ਨੀਂਦਰ ਵੇਖ ਕੇ ਮਰ ਜਾਂਦਾ ਮੇਰੇ ਕੋਲ ਤਾਂ ਨਹੀਂ ਆਉਣਾ ਬਾਗੀ ਹੋ ਜਾ ਪਹਿਲੇ ਬਾਗੀ ਹੋ ਹਕੀਕਤ ਹੈ ਅੱਛਾ ਹੈਦਰ ਭਾਈ ਚਲੋ ਕਬੂਤਰ ਚਲੋ ਇਹ ਪਤਾ ਹੀ ਉਹ ਤੋਂ ਆ ਗਿਆ ਕਬੂਤਰ ਖਰਾਬ ਹੋ ਗਿਆ ਕਿਸੇ ਵੀ ਵਜੋਂ
देखो या तो दाना दो चीज़ा ना या मैडिसन वह अगर अस बहाल करना है चलो वो आसान तरीका मैं मैडिसन का आसान है मैडिसन तो कबूतर खराब हो गया ठीक हो पानी शानी किसी तरीके भी उनका चलाया ठीक हो नहीं चल रहा तो आम रूटीन से लोग गुड़ यूज करते हैं गुड़ बड़ी तरीके का बना देते हैं ठीक हो लेकिन अगर तुम सादा गुड़ भी इस्तेमाल करो ना अगर कबूतर वेठ नहीं मार रहे या पानी अगर सादा गुड़ भी दोगे ना देना मिर्च के दाने के बराबर तो कबूतर चल जाएगा ठीक अगर बहुत ज़्यादा खराबी भी हो जाए ना तो उन्हें चल जाना है ठीक है उस तो बाद तीन चार पाँच आसानियाँ चीज़ा ने कुछ लोग उन्हों रिकवरी वास्ते कुछ लोग रिकवरी वास्ते देंगे दे दही का पनीर दे लेंगे ठीक है कुछ रात में दुध दे लेंगे ठीक कुछ अगले दिन दही के पानी जो पानी होंगे दही का ठीक वह सुबह मॉर्निंग दे देंगे तो मेडिसन जी होंगी ना रिकवर हो जाती दाने वाला कबूतर ये कि बैठेगा गलत लेकिन वह जल्दी रिकवर हो पानी देना पिछे ला के सीसी पानी दे दो जिड्डा मर्जी बंद है हाँ जी दोबारा बात एक सीसी पानी आएगा ठीक हो जिहड़ा पाइप असीं लगाया हुंदा हाँ वो पाइप उन्हें कबूतर के पिछे जे पा के एक सीसी पानी तुसीं उन्हें पिछों दे दो ठीक हो गया चल गया शोर्ट अच्छा वड्डी गल है मैं अपनी छाते नहीं कीता मैं तुहानू दस्सिया कि शोरटी दे नाल बड़े बड़े वे स्टाफ करते हैं अच्छा हाँ जी मैं तुम्हें ना लैके की हम दसना किसी की हम ठीक है नहीं ना बड़े बड़े वे स्टाफ करते ठीक है हाँ जी लेकिन मैं अपनी छत इतों नहीं किया मैं तुम्हें श्योरिटी के नाल कहने अल्लाह की मेहरबानी कभी यह वाकया नहीं आया भी कबूतर आज पुठा हो गया तेनों सीधा वो ताटा तो नहीं कभी हो लेकिन देखो दोस्तों को दसना तो है जी जी मैं तुम्हें दसिया अच्छा दोस्तों मैं एक गल शेयर करना देखो मैं जो किया ना मैं वो दसा लगा हैदर भाई किसी कोई फायदा होना चाहिए बिल्कुल ठीक है ना आलू बुखारा होंगे ना आलू बुखारा चलो तुम जो करेगा ना उन्होंने खुद पता चल जाएगा कि मैं कि चीज़ दसन दिया आलू बुखारा एक ले लो जो आम पंसारी को मिलता एक दाना लैना वो एक कणक के दाने जिनी गोली बना देना बिल्कुल कबूतर मरना हार हो समझो कि मर जाना नहीं बचना ही नहीं है वो गिला करके एक कणक की गोली बना कणक जे दाने की गोली बना के और उन्होंने दिती जाए वो पोट से गिली करके तारी जाए ठीक पाँच तो सत्त मिनट के कबूतर बहाल हो जाता जोड़ा कहना कबूतर मरण वाला है वो 100 नहीं 110% नुकसान मैं समाया और ये बहुत साढ़े दोस्त अच्छे सन अल्लाह तला उन्होंने जन्म नसीब करे बाबा हरदास साहब सियालकोट के ये उन्होंने नुस्खा है और बहुत पुराना और फिर उस तो बाद 10 या 15 मिनट तो बाद फिर उन्होंने दो गोलियां चने हार जिमें चने का दाना होंगे वह बना के दे दो वह भी बहुत काम दिया चीज़ा ने और कबूतर वो बाल फौरन हो जाएगा ठीक 20-25 मिनटों के कबूतर ता बाल हो जाएगा उस तो बाद जिहड़ा अरक है वोजबान एक सीसी ले लो एक सीसी सौंफ का ले लो जिमें भी तुम पाना 2 सीसी पानी ले लो कबूतर दिन लोगों को बिल्कुल सही रहेगा या सरेनिना दे दो तो कबूतरों भी हैदर भाई बड़ा बहाल हों बहुत जल्दी जो कहें ना मर जाना उन्होंने दो भी जिंदा हो जाए दोबारा फिर अच्छा गल अगे चेड़ना हैदर भाई फिर तुम चैंपियन किड़े किड़े सन चे किड़िया बाजिया होगी प्रोपर जो मेरा पहला रेट से इस छत के उत्ते छत हाँ जी 46 घर साजी से पोजिशन सापा कोई नहीं आई 46 चो असी 32 घर जोड़े इन्होंने जीते अच्छा हाँ जी उन्हें साढ़िया 28-30 बाजियां हम पैकेज दियाँ 15-16 बाजियां साढ़िया थड़े हुई हैं
लगातार उस तो पहले संडे भी उड़े हैं तीन ते अगले संडे ओ ही कबूतर आ रहे थे। अच्छा। तो बस कोई ना कोई लैन देन लो थानू मैं प्यार वर्तन दी वजह से। अच्छा प्यार। बाकी सारे जिन्ने भी कप ने लाहौर दे जिन्ना दे साडे शमूलियत सी सारे दे कोई ना कोई पोजीशन है साडी। ठीक 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 तुसी कबूतर परवरी नु तुसी देखो तलीम ताडी माशाल्लाह बहुत अच्छी है किवें समझदे हो अगे नवे खिलाड़ी जिहड़े जिवें मियाँ हामद है बहुत अच्छा खिलाड़ी है या जिवें तुसी हो देखो साड़ी तो उम्र गुजर गई ना या जिवें चाचू ने साडे रियासत हुण करदे ने शौक वो जिद्दत नहीं है उन्हां च वो जज्बा नहीं है वो समझो कि नहीं पहले वाला सिस्टम हुण तो अगे तुसा ही आना कबूतरबाजी जी हुण बड़ा एडवांस हो गई है तेज हो गई है महंगी हो गई है महंगी सब तो पहले तो तुहानू अगर जिहड़े कोई नवे शौकीन ने उन्होंने अपनी पढ़ाई पर फोकस करना चाहिए बहुत अच्छी पढ़ना चाहिए पूरी यह जिंदगी का काम है ऐ नहीं कि अज तुम कबूतर रखे तो कल चैंपियन हो जाने नहीं बड़ी मेहनत करनी पैनी तुहानू अपना सैटअप थोड़ा अच्छा होना चाहिए अच्छी जॉब होनी चाहिए तो वो ना तुम शौक करते रहो फिर एक टाइम आएगा तुहानू असी भी हम मेहनत की है मेहनत करने तो हम टाइम अभी शौक इस तरह मर्जी कर सकते कारोबार भी चल रहे शौक भी हो लेकिन अगर तुम सिर्फ शौक करना चाहो तो हम बहुत मुश्किल हो गया महसूस नहीं ਇੱਥੋਂ ਬਾਹਰ ਨਹੀਂ ਜਾਣਾ ਹੈਗਾ ਠੀਕ ਹੋ ਗਿਆ ਹਾਂਜੀ ਕੰਮ ਹੀ ਜਾਣਾ ਹੈ ਕਿਸੇ ਨਵੀਂ ਖੁਸ਼ੀ ਤੇ ਅੱਜ ਉਹ ਵੀ ਠੀਕ ਹੋ ਗਿਆ ਅਦਰਵਾਈਜ਼ ਘਰੋਂ ਬਾਹਰ ਨਹੀਂ ਜਾਣਾ ਸਹੀ ਅਤੇ ਕਿੰਨਾ ਟਾਈਮ ਦਿੰਦੇ ਉਹਨਾਂ ਨੂੰ ਕਬੂਤਰਾਂ ਨੂੰ ਦੇਖੋ ਜੀ ਮੈਂ ਸੁਬਹਾ ਆਮ ਰੂਟੀਨ ਦੇ ਵਿੱਚ ਜਿਹੜਾ ਸੁਬਹਾ ਜਾਣਾ ਤਾਂ ਮੈਂ 2 ਘੰਟੇ ਉੱਤੇ ਬੈਠ ਕੇ ਜਾਣਾ ਜੋੜਿਆਂ ਨੂੰ ਉੱਡਣ ਵਾਲਿਆਂ ਨੂੰ ਸਾਰਿਆਂ ਨੂੰ ਦੇਖ ਕੇ ਚਲਾ ਗਿਆ ਜਦੋਂ ਵਾਪਸ ਜਦੋਂ ਵੀ ਆਉਣਾ ਆ ਕੇ ਉਦੋਂ ਫਿਰ ਵੇਖਣਾ ਹਾਂਜੀ ਅਤੇ ਧਿਆਨ ਨਾਲ ਰੂਟੀਨ ਹੈ ਮੇਰੀ ਕਦੀ ਕਿਤੇ ਹੋ ਜਾਂਦਾ ਕਿ ਅਗਰ ਤੁਸੀਂ ਰਾਤ ਮੈਂ ਲੇਟ ਨਾਈਟ ਹੋ ਗਿਆ ਲੇਟ ਆਇਆ ਕੰਮ ਤੋਂ ਤੇ ਉਹ ਨਾ ਹੋਵੇ ਤੇ ਭਾਈ ਰਿਆਸਤ ਚਾਚੂ ਤੁਹਾਡੇ ਕਿੰਨਾ ਦਿੰਦੇ ਟਾਈਮ ਉਹਨਾਂ ਦਾ ਜ਼ਰਾ ਜੌਬ ਡਿਸਕ੍ਰਿਪਸ਼ਨ ਹੋ ਰਿਹਾ ਉਹ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਠੀਕ ਤੇ ਉਹਨਾਂ ਨੂੰ ਸੁਬਹਾ ਜਾਣ ਲੱਗਾ ਵੀ ਜਲਦੀ ਹੁੰਦੀ ਹੈ ਉਹਨਾਂ ਨੇ ਥੋੜ੍ਹੇ ਜੋੜੇ ਰੱਖੇ ਨੇ ਅੱਛਾ ਹਾਂਜੀ ਉਹਨਾਂ ਸੁਬਹਾ ਜਾਣ ਦਾ ਲੱਗ ਵੀ ਜਲਦੀ ਲੇਕਿਨ ਜਦੋਂ ਬਾਜ਼ੀਆਂ ਆਉਂਦੀਆਂ ਫਿਰ ਬਾਜ਼ੀਆਂ ਆਉਂਦੀਆਂ ਫਿਰ ਅਸੀਂ ਪੂਰਾ ਟਾਈਮ ਦਿੰਦੇ ਇੱਥੇ ਹੀ ਹੁੰਦੇ ਹੋ ਇੱਥੇ ਬਾਜ਼ੀਆਂ 'ਚ ਤੁਸੀਂ ਕਬੂਤਰ ਜਿਵੇਂ ਤੁਸੀਂ ਕਹਿੰਦੇ ਪਲਟਾਉਂਦੇ ਆ ਤੁਸੀਂ ਖੁਦ ਪਲਟਾਉਂਦੇ ਹੋ ਜਾਂ ਕੋਈ ਬੰਦਾ ਨਹੀਂ ਬਰੇ ਬੰਦੇ ਵੀ ਪਲਟਾ ਲੈਂਦੇ ਨੇ ਆਪ ਵੀ ਪਲਟਾ ਲਈਦਾ ਲੇਕਿਨ ਰੂਟੀਨ ਦੇ ਨਾਲ ਬੰਦੇ ਪਲਟਾ ਲੈਂਦੇ ਨੇ ਅੱਛਾ ਤੁਸੀਂ ਨਾ ਕੋਲ ਨਹੀਂ ਹੁੰਦੇ ਨਹੀਂ ਮੈਂ ਹੁੰਨਾ ਉੱਥੇ ਹੀ ਜਾਂਦਾ ਅੱਛਾ ਤੁਹਾਨੂੰ ਪਤਾ ਹੁਣ ਪਿਛਲੇ 2-3 ਸਾਲ ਤੋਂ ਜਿਹੜੇ ਇਸ ਤਰ੍ਹਾਂ ਦਾ ਆ ਰਿਹਾ ਰੋਜ਼ੇ ਨੇ ਹਾਂ ਠੰਡਾ ਜੀ ਰੋਜ਼ਾ ਰੱਖਿਆ ਤੇ ਤੁਸੀਂ ਉੱਤੇ ਆ ਗਏ ਨਵਾਜ਼ ਨੂੰ ਪੜੀ ਦੇ ਉਸ ਤੋਂ ਬਾਅਦ ਸਾਰਾ ਠੀਕ ਹੋ ਗਿਆ ਤੇ ਜਦੋਂ ਜਾਂ ਤਿਆਰੀ ਲਾਉਂਦੇ ਹੋ ਕਬੂਤਰ ਨੂੰ ਰਾਤ ਨੂੰ 10 ਵਜੇ 11 ਵਜੇ ਕਿੰਨੇ ਵਜੇ ਲਾ ਦਿੰਦੇ ਹੋ ਅਸੀਂ 10:30 ਲਾ ਦਿੰਦੇ 10:30 ਉਸ ਤੋਂ ਬਾਅਦ ਦੇ ਵਿੱਚ ਸੁਬਹਾ ਪਲਟਾਉਂਦੇ ਆ ਸੁਬਹਾ ਪਲਟਾਉਂਦੇ ਕਿੰਨੇ ਕੁ ਵਜੇ ਅਸੀਂ 1 ਘੰਟਾ ਪਹਿਲਾਂ ਪਲਟਾਉਣਾ ਅਗਰ 6 ਵਜੇ ਦਾ ਪੱਲਾ ਤਾਂ 5 ਵਜੇ ਦਾ ਪੱਲਾ 4 ਵਜੇ ਠੀਕ ਹੋ ਗਿਆ ਹੋਰ ਕੋਈ ਦੋਸਤਾਂ ਨੂੰ ਦੱਸੋ ਕੋਈ ਗੱਲ ਕੰਮ ਦੀ ਪੈਗਾਮ ਦੇਣਾ ਚਾਹੁੰਦੇ ਤੁਸੀਂ ਪੈਗਾਮ ਜੀ ਦੇਖੋ ਹੁਣ ਕਬੂਤਰਬਾਜ਼ੀ ਰੋਜ਼ ਹੀ ਨਵੇਂ ਪੈਗਾਮ ਵੇਖੀਦੇ ਨੇ ਨੈੱਟ ਦੇ ਉੱਤੇ ਨੈੱਟ ਤੇ ਵੇਖੋ ਹਰ ਬੰਦਾ ਹੀ ਜੇ ਵੇਖੋ ਜੇ ਜਿੱਥੋਂ ਮੈਂ ਕੋਸ਼ਿਸ਼ ਕਰਦਾ ਹਾਂ ਚੰਗੀ ਕਰਦਾ ਦੇਖੋ ਕੋਈ ਵੀ ਬੰਦਾ ਅਸੀਂ ਕਿਸੇ ਨੂੰ ਕੋਈ ਵੀ ਬੰਦਾ ਤੁਹਾਨੂੰ ਗੱਲ ਦੱਸਦਾ ਹੈ ਨਾ ਮੈਂ ਬਿਲ ਫਰਜ਼ ਕੋਈ ਗਲਤ ਗੱਲ ਦੱਸਾਂ ਨਵੇਂ ਆਉਣ ਵਾਲੇ ਸ਼ਕੀਨਾਂ ਵਾਸਤੇ ਮੈਂ ਕੋਈ ਵੀ ਤੁਹਾਨੂੰ ਗੱਲ ਦੱਸ ਰਿਹਾ ਨਾ ਇੱਕਦਮ ਉਹਨੂੰ ਪ੍ਰੈਕਟੀਕਲ ਜ਼ਰੂਰ ਕਰੋ ਠੀਕ ਹੋ ਗਿਆ ਪ੍ਰੈਕਟੀਕਲ ਕਰਕੇ ਅਗਰ ਉਹ ਤੁਹਾਨੂੰ ਸੂਟ ਕਰਦੀ ਤਾਂ ਅਡੋਪਟ ਕਰ ਲਓ ਅਗਰ ਨਹੀਂ ਸੂਟ ਕਰਦੀ ਤਾਂ ਉਹਨੂੰ ਛੱਡ ਦਿਓ ਠੀਕ ਆ ਕਿਸੇ ਦੀ ਵੀ ਗੱਲ ਨੂੰ ਨਾ ਨਫੀ ਨਾ ਕਰੋ ਜਿਹੜੇ ਨਵੇਂ ਆਉਣ ਵਾਲੇ ਸ਼ੌਕੀਨ ਨੇ ਠੀਕ ਹੈ ਹੈਦਰ ਭਾਈ ਲੇਕਿਨ ਮੈਂ ਇਹ ਜਾਣਨਾ ਕਿ ਮੈਂ ਕਿਸੇ ਨੂੰ ਮੀਡੀਆ ਵਾਲੇ ਨੂੰ ਜਾਂ ਕਿਸੇ ਉਸਤਾਦ ਨੂੰ ਮੈਂ ਅੱਜ ਤੱਕ ਕਰਨਾ ਮੇਰੀ ਇਹ ਕੋਸ਼ਿਸ਼ ਹੀ ਹੁੰਦੀ ਹੈ ਕਿ ਮੈਂ ਨਹੀਂ ਕਹਿੰਦਾ ਕਿ ਯਾਰ ਇਹ ਬੁਰਾ ਹੈ ਉਹ ਸਾਰੇ ਠੀਕ ਹੈ ਅੱਛੇ ਬੁਰੇ ਦੀ ਗੱਲ ਹੈਗੀ
अच्छे बुरे की गल नहीं है। असी अक्सर साड़ी डिस्कशन होती तो मैं उन्होंने दसना कि बाद गल इंसान के मूँह चो निकले अल्फाज होंगे अगे आ जाते सोच के कड़े सोचो वेखो कोई भी अच्छा बुरा दिन मुखालफत होनी चाहिए जी मुखालफत है कबूतरबाज हरीफ तगड़ा होगा ना मेडिसिन इस्तेमाल करते हो या देसी लेकिन कस्तूरी वेखो जो लभ लें एक लाख से 17,000 की तोला मैं कहना नहीं लभदी मैं मानना गया हां पूरे वाले मैं गल सुनो जिन्ने मर्जी जो मर्जी तुम ओए गाले पाकिस्तानी ने ये तो जहर नहीं एक नंबर वे ओ गाल जी है कि तहीर ताली गल मैं गया अपना ना बुरे वाले मेरा दोस्त है बड़ा अच्छा ना कबूतर परवर नदीम भाई ओना नीनी वाले डांदे नीनी वाले दा बड़ा शौक है और उत्थों लोगों लाहौर च कबूतर लिया लिया कहना कई जगह से लिया लिया कि नीनी वाले कबूतर यकीन करो कालिया लोगों च काल सिरे कबूतर तो बड़े ही प्यारे तो मैं गया तो उन्हें रगड़न लिया कस्तूरी अरग पा पा कहना मैं किनिया बोतल आ गए कहना चौथी बोतल लग गई कस्तूरी तो अरग दी तो पाते जेडे ना करते ने शौक तो लेकिन ज्यादा मेडिसन हाँ जी मेडिसन है पक्की गल है तो मेडिसन च की दवार मिक्स है मोटी वाली है वो ये तुम पता आम रटीन रटिया गोलियां नहीं साड़ी मकदार से असं तो 5-7 दफा अभी 5-7 किस्म की ला लें असं गोली तोड़ के ड्रैड दे दी बस चार हाँ जी तुम दसा हाँ जी जेठे तो उड़ाया डायरेक्ट डायरेक्ट एक गोली डायरेक्ट ये लाना यार मैं वो झूठ बोलने की जरूरत है कोई नहीं 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 मैं तुम एक दस रहा की एक कबूतर की मुकदार रख दो 1/8 भी रख ली थी अगर ज्यादा हो वैसे रूटीन 1/11 खाली एक ही या डंडा कार्ड पाउंदे विच नहीं नहीं एको खाली थाने दस मोटी वाली यूज कर रहे मॉडर्न पानी कितने सीसी दे पानी तो आप ना 5 सीसी जरूरत है 10 सीसी जरूरत है मुझे दे अच्छा हां पूरा दम करे सो अच्छा सुबह पलटाना फिर भी असि पलटा सी तो मैं तो पहले कावा कितनी देर लांदे हो ਨੇ ਕੋਈ ਕਾਵਾ ਸ਼ਾਵਾ ਕੁਛ ਕਾਵਾ ਦਿੰਦੀ ਕੁਛ ਵੀ ਮੈਂ ਤੁਹਾਨੂੰ ਕਹਿਣ ਦਿਆ ਤੁਸੀਂ ਕਬੂਤਰ ਤਿਆਰ ਨਹੀਂ ਗਰਮ ਜਦੋਂ ਐ ਹੋ ਮੈਂ ਤਾਂ ਤਿਆਰੀ ਕਬੂਤਰ ਹੈ ਨਾ ਠੀਕ ਹੋ 1/11 ਕੋਈ ਵੀ ਬੰਦਾ ਮੈਂ ਤੁਹਾਨੂੰ ਔਰ ਰਿਕਾਰਡ ਵਗੈਰਾ ਨੂੰ 1/11 ਲਾ ਦਿਓ ਮਾਡਰਨ ਲਾ ਦਿਓ ਮੋਟੀ ਵਾਲੀ ਨਾ ਲਾਓ 1/11 ਲਾ ਦਿਓ ਕਬੂਤਰ ਸਵੇਰੇ ਉੱਠ ਕੇ ਮੈਂ ਫਰੈਸ਼ ਬੈ ਨਹੀਂ ਜਿਵੇਂ ਗਰਮ ਕਰਦੇ ਆ ਦੋਸਤ ਕਬੂਤਰ ਨੂੰ ਨਹੀਂ ਨਹੀਂ ਤੁਸੀਂ ਅਜੇ ਤੱਕ ਨਹੀਂ ਕਰਾਇਆ ਕੀਤਾ ਅਸੀਂ ਜਦੋਂ ਗਰਮ ਕਰਾਂਗੇ ਫਿਰ ਉਹਨੂੰ ਕੁਝ ਵੀ ਨਹੀਂ ਦਿਆਂਗੇ ਜਿਹੜਾ ਅਸੀਂ ਗਰਮ ਕਰਨੇ ਜਿਹੜੇ ਪਾਣੀ ਬਣਾਉਣੇ ਆ ਗਰਮ ਅਗਰ ਕਿਸੇ ਨੂੰ ਸਹੀ ਤਰਤੀਬ ਦੇ ਨਾਲ ਉਹ ਪਾਣੀ ਬਣਾਉਣਾ ਆਉਂਦਾ ਅਤੇ ਉਹ ਹੀ ਵੇਖੋ ਨਾ ਹੁਣ ਐਵਰ 2 ਘੰਟੇ ਅਗਰ ਕਬੂਤਰ ਗੇੜ ਦੀਆਂ ਵਾਲੀਆਂ 2-2.5 ਘੰਟੇ ਤੁਹਾਡਾ ਹਿੱਟ ਮਾਰੇ ਤਾਂ ਠੀਕ ਹੈਗਾ ਉਹ ਸਹੀ ਬਹਿਗਾ ਅਗਲੇ ਦਿਨ ਫਿਰ ਉੱਡ ਜਾਏਗਾ ਅਤੇ ਉਹ ਇੰਨਾ ਕੁ ਤਾਂ ਉਹਦੇ ਨਾਲ ਕੰਮ ਕਰ ਲੈਂਦਾ ਕਾਬਿਲ ਹਾਂਜੀ ਹੁਣ ਇਹ ਤੁਸੀਂ ਗੇੜ ਵਾਲੀਆਂ ਵਾਲੀਆਂ ਅਤੇ 11-20 ਵਾਲੀ ਸ਼ਾਮ ਨੂੰ ਰੋਜ਼ ਨਹੀਂ ਪਾ ਸਕਦੇ ਕਬੂਤਰ ਵੀ ਤਾਂ ਆਉਣਾ ਚਾਹੀਦਾ ਬਦਾਮ ਕਿੰਨੇ ਪਾਉਂਦੇ ਬਦਾਮ ਅਸੀਂ ਬੜੇ ਪਾਉਂਦੇ अच्छा बदाम जिन्ने कबूतर गए ना
ਉਨੇ ਹੀ ਪਾ ਦੇ। ਬਦਾਮਾਂ 'ਚ ਕੀ ਪਾਉਂਦੇ? ਬਦਾਮ 'ਚ ਆਮ ਰੂਟੀਨ ਦੇ ਵਿੱਚ ਤਾਂ ਅਸੀਂ ਵੱਡੀ ਇਲਾਚੀ ਯੂਜ਼ ਕਰਦੇ। ਅੱਛਾ ਹਾਂਜੀ। ਵੈਸੇ 100 ਬਦਾਮ 'ਚ ਕਿੰਨੀ ਇਲਾਚੀ ਦੇ ਦਾਣੇ ਪਾਉਂਦੇ? 100 ਬਦਾਮ ਨੂੰ ਨਹੀਂ ਤੁਸੀਂ ਗਿਣਨਾ ਹੈਗਾ, ਤੁਸੀਂ ਗਿਣਨਾ ਹੈ ਕਬੂਤਰਾਂ ਨੂੰ। ਤੁਹਾਡੇ 11 ਕਬੂਤਰ ਨੇ? 11 ਕਬੂਤਰ ਨੇ ਅਤੇ ਮੇਰੇ 11 ਵਾਲੇ ਵੀ ਇੱਕ ਹੀ ਪਾਉਂਦੇ ਨੇ, ਸਾਡੇ 7 ਨੇ। ਇੱਕ ਇਲਾਚੀ ਪਾਉਂਦੇ? ਅਸੀਂ 7 ਨੂੰ ਇੱਕ ਇਲਾਚੀ ਪਾਉਂਦੇ। ਪੂਰੀ ਇੱਕ ਇਲਾਚੀ? ਪੂਰੀ ਇੱਕ ਇਲਾਚੀ, 7 ਕਬੂਤਰਾਂ। 7 ਕਬੂਤਰਾਂ ਵਾਲੇ ਉਹਦੇ 'ਚ ਬਦਾਮ ਕਿੰਨੇ? ਬਦਾਮ ਕਿਹੜਾ ਚਿੱਡੇ ਉਹਨਾਂ ਨੂੰ ਦੇਣੇ ਨੇ ਅਸੀਂ? ਨਹੀਂ ਦੇਣੇ ਤਾਂ ਭਾਵੇਂ ਉਹ ਵੇਖੋ, ਕਬੂਤਰ ਵੇਖਣਾ ਨਾ ਕਿੰਨੇ ਕੁ ਖਿੱਚ ਲੈ। ਤੁਸੀਂ ਦੱਸੋ ਨਾ, ਅਗਰ ਤੁਸੀਂ ਕਬੂਤਰਾਂ ਨੂੰ 10-10 ਗੋਲੀਆਂ ਦੇਣੀਆਂ ਨੇ ਤਾਂ 100 ਬਦਾਮਾਂ ਦੇ ਨਾਲ 10-10 ਗੋਲੀਆਂ ਤਾਂ ਨਹੀਂ ਬਣਨੀਆਂ। ਮਿਕਦਾਰ ਦੀ ਉਹ ਹੀ ਰਹਿਣੀ, ਉਹ ਬਦਾਮਾਂ 'ਚ ਬਾਹਰ ਤਾਂ ਨਹੀਂ ਜਾਈ ਜਾਣੀ, ਉਸੇ ਦੌੜੀ 'ਚ ਹੀ ਰਹਿਣੀ ਨਾ ਇੱਕ ਇਲਾਚੀ। ਨਹੀਂ ਦੌੜੀ 'ਚ ਤਾਂ ਰਹਿਣੀ ਆ, ਤੁਹਾਡੇ ਕਬੂਤਰ ਸਮਝੋ ਕਈ ਤਾਂ 20-20 ਗੋਲੀਆਂ 10-10 ਗੋਲੀਆਂ ਖਿੱਚੀਆਂ। ਨਹੀਂ ਇੰਨੀਆਂ ਕੁ ਬੜੀਆਂ, ਜਿਹੜੀ ਗੋਲੀ ਅਸੀਂ ਬਣਾਉਣੇ ਉਹ 10 ਹੀ ਹੁੰਦੀ ਹੈ। 10 ਖਿੱਚ ਲਿਆ ਜਿਹੜਾ ਕਬੂਤਰ ਉਹ ਬਾਹਰ ਰਹੇ। ਲੋਕ ਹੁਣ ਐਡੀਆਂ ਐਡੀਆਂ ਗੋਲੀਆਂ ਬਣਾਇਆ, ਬਾਅਦ ਜਾਣ 35 ਖਵਾ ਦਿੱਤੀਆਂ। ਸਾਡੀ ਐਡੀ ਗੋਲੀ ਹੁੰਦੀ ਹੈ, ਵੇਖ ਲਓ 2 ਇੰਚ ਬਣਦੀ, ਮੈਂ ਤੁਹਾਨੂੰ ਦਿਖਾ ਲਿਆ ਅਗਰ ਕਦੀ ਹੋਈ ਹੈ ਨਾ, ਐਡੀ ਗੋਲੀ ਐਡੀ ਮੋਟੀ ਗੋਲੀ ਹੁੰਦੀ। ਠੀਕ, ਉਹ ਅਗਰ ਕਬੂਤਰ 10 ਵੀ ਖਿੱਚ ਲਿਆ ਤਾਂ ਬੜੇ ਖਿਆਲ ਦੀ ਉਹਦੀ ਮਿਕਦਾਰ ਪੂਰੀ ਹੋਈ ਖਿੱਚ ਲੈਂਦੇ ਨੇ, ਖਿੱਚ ਲੈਂਦੇ ਨੇ ਕਈ ਕਬੂਤਰ ਜਦੋਂ ਪੈ ਜਾਂਦੇ। ਅੱਛਾ, ਤੁਸੀਂ ਇਹ ਜਦੋਂ ਕਬੂਤਰਾਂ ਨੂੰ ਗੋਲੀਆਂ ਦਿੰਦੇ ਹੋ, ਕਦੋਂ ਸ਼ੁਰੂ ਕਰਦੇ ਹੋ ਪਰਿਵਾਰਾਂ ਦੇ ਵਿੱਚ? ਕਿੰਨੀਆਂ ਕੁ ਫਿਰਤਾਂ ਲਾਇਆ ਗਿਆ, 20-30 ਫਿਰਤਾਂ ਲਾਇਆ ਗਿਆ? ਸਾਡੀ ਆਮ ਰੂਟੀਨ ਇਹ ਹੈਗੀ ਕਿ ਅਸੀਂ ਕਬੂਤਰ ਉਡਾਉਣਾ ਸ਼ੁਰੂ ਕਰਨੇ, ਕਬੂਤਰ ਦਾ ਖੁਦ ਆਪਣੀ ਜਾਨ 'ਚ ਹੁੰਦਾ ਹੈ, ਉਹ ਆਪਣੀ ਜਾਨ 'ਚ ਕਦੀ ਰਾਤ ਰਹਿ ਗਿਆ, ਕਦੀ ਬਹਿ ਗਿਆ, ਕਦੀ ਆ ਗਿਆ। ਠੀਕ, ਫਿਰ ਅਸੀਂ ਵੇਖਦੇ ਹਾਂ ਜਦੋਂ ਬੈਗ ਹੁੰਦਾ ਨਾ, ਕਰੀ ਦੀ ਸ਼ੁਰੂ ਇਸ ਤਰ੍ਹਾਂ ਹੀ ਹੈ, 1-2 ਗੋਲੀਆਂ ਤੇ ਬਸ। ਅੱਛਾ, ਫਿਰ ਆਹਿਸਤਾ ਆਹਿਸਤਾ। ਅੱਛਾ, ਹੁਣ ਅੱਗੇ ਦਾ ਕੀ ਪਲਾਨ ਹੈ ਤੁਹਾਡਾ? ਅੱਗੇ ਜੀ ਅਸੀਂ ਤਿਆਰੀ ਕੀਤੀ। ਕਿੰਨੇ ਘਰਾਂ ਦਾ? ਉਹ ਬਾਜ਼ੀ ਤਾਂ ਸਾਡੀ ਤੋਂ ਘਰ ਅਸੀਂ ਲਾਉਣਾ ਚਾਹੀਏ ਤਾਂ ਭਾਵੇਂ 100 ਘਰ ਵਾਲੇ ਨਹੀਂ, ਆਲਰੇਡੀ ਜਿਨ੍ਹਾਂ ਨਾਲ ਜਿਹੜੀਆਂ ਲਿਖੀਆਂ ਵੀ ਆ, ਆਲਰੇਡੀ ਜਿਹੜੀਆਂ ਲਿਖੀਆਂ ਗਈਆਂ, ਸਮਝ ਲਓ ਕਿ ਅਸੀਂ ਤਕਰੀਬਨ 50 ਘਰਾਂ ਨਾਲ ਲੱਗਦਾ ਜੇਠ ਉੱਡਾਂਗੇ। ਇਨਸ਼ਾਅੱਲਾ ਲਿਖੀਆਂ ਨਹੀਂ ਗਈਆਂ, ਲੇਕਿਨ ਸਾਨੂੰ ਪਤਾ ਕਿ 50 ਘਰਾਂ ਨਾਲ ਜੇਠ ਉੱਡਦਾ, ਘੱਟ ਨਹੀਂ ਇਸ ਤੋਂ ਉਨੀਆਂ ਜ਼ਿਆਦਾ। ਮੋਟੇ ਮੋਟੇ ਘਰ ਵੀ ਦੱਸ? ਮੋਟੇ ਲਾਹੌਰ ਦੀਆਂ ਟੋਪ ਦੀਆਂ ਸਾਰੀਆਂ ਛੱਤਾਂ ਹੀ ਹੁੰਦੀਆਂ, ਸਾਰੀਆਂ ਕੁੱਲ ਨੂੰ। ਜ਼ਿਆਦਾ ਤੁਹਾਨੂੰ ਕਿਸੇ ਹਰੀਫ ਨਾਲ ਮਜ਼ਾ ਆਇਆ ਹੋਵੇ? ਸਾਨੂੰ ਸਭ ਤੋਂ ਜ਼ਿਆਦਾ ਮੈਨੂੰ ਤਾਂ ਮਜ਼ਾ ਉਹਦੇ ਨਾਲ ਹੀ ਆਉਂਦਾ ਜਿਹੜਾ ਮੈਨੂੰ ਜਿੱਤ ਲੈਂਦਾ। ਲੋ ਇੱਕੋ ਹੀ ਬੰਦਾ ਮੈਨੂੰ ਆਇਆ ਸੀ ਜਿਹੜਾ ਜਿੱਤਿਆ ਰਿਆਸਤ ਦੇ ਉੱਪਰ, ਰਿਆਸਤ ਦੇ ਉੱਪਰ ਉਹ ਕਿੱਦਾਂ? ਚੌਰੀ ਸਖੀ ਸਾਹਿਬ ਦਾ ਸ਼ਗੀਰ ਦੇ ਠੋਕਰ ਦੋ ਠੋਕਰ ਦੇ ਪੁੱਤਰ ਬਾਅਦ ਉਹ ਸਾਡੇ ਕੋਲੋਂ ਚੇਤਰ ਵੀ ਸਾਡਾ ਬਰਾਬਰ ਹੋ ਗਈ, ਅਸੂ ਵੀ ਬਰਾਬਰ ਹੋ ਗਈ, ਵਿਸਾਖ ਅਤੇ ਜੇਠ ਸਾਡੇ ਕੋਲ ਜਿੱਤ ਗਿਆ। ਮਤਲਬ ਮੈਨੂੰ ਤਾਂ ਉਹਦਾ ਹੀ ਮਜ਼ਾ ਆਉਂਦਾ ਜਿਹੜਾ ਮੈਨੂੰ ਜਿੱਤ ਲੈਂਦਾ, ਬਾਕੀ ਤਕਰੀਬਨ ਸਾਰਿਆਂ ਨੂੰ ਹੀ ਅਸੀਂ ਨਾ ਜਿੱਤਿਆ। ਅੱਛਾ ਖਿਲਾੜੀ, ਅੱਛਾ ਖਿਲਾੜੀ, ਅੱਛਾ ਸ਼ੌਕ ਹੋਣ ਡਿਆ ਸਾਡਾ ਤੇ, ਅੱਛਾ ਖਿਲਾੜੀ। ਹੋਰ ਉਸ ਤੋਂ ਇਲਾਵਾ ਕੋਈ ਤੁਹਾਨੂੰ? ਉਸ ਤੋਂ ਇਲਾਵਾ ਦੇਖੋ ਬਾਕੀ ਤਾਂ ਮੈਂ ਤਾਂ ਹੁਣ ਮੈਨੂੰ ਤਾਂ ਉਹੀ ਰੇਂਜ ਹੈ ਨਾ ਜਿਹੜਾ ਮੈਨੂੰ ਜਿਹਦਾ ਮੈਂ ਆਏ ਸਾਲ ਠੀਕ ਹੋ ਗਿਆ। ਅੱਛਾ ਹੈਦਰ ਭਾਈ, ਇੱਕ ਇਹ ਦੱਸੋ, ਉਸਤਾਦ ਬੜੇ ਸਾਰੇ ਬੇਸ਼ੁਮਾਰ ਨੇ, ਕੋਈ ਇੱਕ ਬੰਦੇ ਦਾ ਆਈਡੀਆ ਹੁੰਦਾ ਕਿ ਇਹ ਮੇਰਾ ਬਹੁਤ ਹੀ ਭਾਵੇਂ ਕਿਸੇ ਪਾਰਟੀ ਨਾਲ, ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਦੇਖੋ ਜੀ ਸਾਰਿਆਂ ਦੀ ਉਹ ਗੱਲ ਹੈਗੀ, ਮੈਂ ਮੇਰਾ ਆਈਡੀਅਲ ਮੇਰਾ ਸਵਾਦ ਹੀ ਚੇਅਰਮੈਨ ਸਾਹਿਬ ਠੀਕ ਹੈ, ਬੜੇ ਅੱਛੇ ਖਿਲਾੜੀ, ਜਿੰਨਾ ਕੁ ਉਹਨਾਂ ਨੂੰ ਕਬੂਤਰਬਾਜ਼ੀ ਦਾ ਪਤਾ ਹੈ ਨਾ, ਅਗਰ ਮੈਨੂੰ ਉਹਨਾਂ ਕੋਲ ਪਤਾ ਲੱਗ ਜਾਏਗਾ ਨਾ, ਤਾਂ ਮੇਰੇ ਵਾਸਤੇ ਹੀ ਜ਼ਿੰਦਗੀ ਦਾ ਸੱਸ ਹੈ। ਸਾਨੂੰ ਦੱਸਦੇ ਵੀ ਰਹਿੰਦੇ ਨੇ, ਤੁਹਾਡਾ ਉਹਦਾ ਵੀ ਨਹੀਂ ਹੈਗਾ, ਸਾਡਾ ਬੜਾ ਪਿਆਰ ਵੀ ਹੈ, ਮਿਲਣ ਮਿਲਣ ਹਰ ਟਾਈਮ ਇਕੱਠੇ ਰਹਿਣਾ। ਲੇਕਿਨ ਜਿੰਨਾ ਕਬੂਤਰ ਪਰਵਰੀ ਦੇ ਵਿੱਚ ਜਿੰਨਾ ਕੁ ਸ਼ੌਕ ਉਹਨਾਂ ਨੂੰ ਨਾ, ਮੈਂ ਆਪਣੀ ਲਾਈਫ ਵਿੱਚ ਹੋਰ ਕਿਸੇ ਬੰਦੇ ਨੂੰ ਨਹੀਂ ਦੇਖਿਆ। ਠੀਕ, ਉਹਨਾਂ ਨੇ ਕਬੂਤਰ ਬੱਚਾ ਦੇਖਿਆ ਹੋਇਆ ਚੰਗਾ, ਠੀਕ ਵੱਡਾ ਹੋ ਗਿਆ ਉਹਨਾਂ ਨੂੰ ਹਾਇਆ ਹੋਇਆ ਆਇਆ ਚੰਗਾ, ਠੀਕ 5 ਸਾਲ ਬਾਅਦ ਆਇਆ ਉਹਨਾਂ ਕਿਹਾ ਚੰਗਾ, ਠੀਕ ਉਹਦੀ ਔਲਾਦ ਲਾਈ ਉਹਨਾਂ ਕਿਹਾ ਆਇਆ ਚੰਗੀ, ਉਹਨਾਂ ਨੇ ਜੋੜਾ ਲਾਇਆ ਨਾ, ਜੋੜਾ ਉਹਨਾਂ ਲਾਇਆ ਅਤੇ ਤੁਸੀਂ ਉਹਨਾਂ ਨੂੰ ਬੱਚਾ ਦਿਖਾਇਆ, ਉਹਨਾਂ ਬੱਚਾ ਵੇਖ ਕੇ ਦੱਸਣਾ ਯਾਰ ਲੱਗਦਾ ਜਿਵੇਂ ਜੋੜਾ ਮੈਂ ਲਾਇਆ, ਉਹਨਾਂ ਕਹਿਣਾ ਪਾਈ ਯਾਰ ਤੁਸੀਂ। ਅੱਛਾ ਹਾਂਜੀ, ਬਾਹਰ ਜਿੰਨੇ ਜੋੜੇ ਲੱਗੇ ਨੇ ਮੈਜੋਰਿਟੀ 90% ਜੋੜੇ ਉਹਨਾਂ ਦੇ ਹੱਥ 'ਤੇ ਲੱਗੇ ਨੇ, ਅਤੇ ਬੜਾ ਹੀ ਅੱਛਾ ਮੇਰਾ ਰਿਜ਼ਲਟ ਆ ਰਿਹਾ। ਜਿੰਨੇ ਵੀ ਇੱਥੇ ਚੰਦ ਇੱਕ ਜੋੜਿਆਂ ਤੋਂ ਇਲਾਵਾ ਕੋਈ ਐਸਾ ਜੋੜਾ ਨਹੀਂ ਹੋਏਗਾ ਜਿੰਨੇ ਸਟੈਂਪ ਨਹੀਂ ਲਈ ਹੈ ਇਸ ਪਿਛਲੇ ਸੀਜ਼ਨ ਦੇ ਵਿੱਚ ਮੁਖਤਲਿਫ ਦੋਸਤਾਂ ਕੋਲ, ਕਿਉਂਕਿ ਮੈਂ ਅਸੀਂ ਦੋਸਤਾਂ ਵਾਸਤੇ ਰੱਖੇ ਨੇ ਦੋਸਤਾਂ ਨੂੰ, ਜਿੱਥੇ ਜਿੱਥੇ ਸਾਡੀਆਂ ਛੱਤਾਂ ਨੇ ਉੱਡ ਰਹੀਆਂ ਨੇ ਸਾਰਿਆਂ ਨੂੰ ਦੇਖ ਜਾਂਦੇ।
जेट चे चलो ताड़ी छत नवी सी अगले जेट से ज्यादा मजा है इंशाल्लाह जी अभी अगले जेट दे विच असी अगले जेट दे चैंपियन बनवा दे शेर ताड़ दी बाजी ना इंशाल्लाह 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 हां जी ਤੁਹਾਨੂੰ ਜ਼ਿਆਦਾਤਰ ਕਿਹੜੇ ਕਬੂਤਰਾਂ ਨਾਲ ਪਿਆਰ ਹੁੰਦਾ ਇੱਕ ਵੇਖੋ ਤੇਰੇ ਬਰੀਡਾਂ ਨੇ ਜੀ ਮੀਆਂ ਸਾਹਿਬ ਦੀਆਂ ਮੈਨੂੰ ਸਭ ਤੋਂ ਜ਼ਿਆਦਾ ਟੈਡੀ ਮੇਰੇ ਦਿਲ ਦੇ ਕਰੀਬ ਨੇ ਅੱਛਾ ਮੀਆਂ ਸਾਹਿਬ ਮੀਆਂ ਸਾਹਿਬ ਹਾਂਜੀ ਠੀਕ ਹੋ ਮੇਰੇ ਮੈਂ ਜਿੰਨੇ ਵੀ ਤੁਸੀਂ ਜੋੜੇ ਨਜ਼ਰ ਮਾਰੋਗੇ ਨਾ ਉੱਡਣ ਵਾਲੇ ਜੀ 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 ਸਾਰਿਆਂ ਦੇ ਵਿੱਚ ਹੀ ਟੈਡੀ ਠੀਕ ਹੋ ਟੈਡੀ ਗਰਵਾਲਾ ਟੈਡੀ ਗੋਲਡਨ ਟੈਡੀ ਟੈਡੀ ਸਾਰਿਆਂ ਦੇ ਵਿੱਚ ਠੀਕ ਹੋ ਗਿਆ ਤੁਹਾਡੇ ਟੋਟਲ ਸਾਰੇ ਮੀਆਂ ਸਾਹਿਬ ਵਾਲੇ ਪਏ ਮੀਆਂ ਨਜ਼ੀਰ ਸਾਹਿਬ ਤੁਸੀਂ ਬਾਹਰ ਵੇਖੇ ਨੇ ਦੋ ਤਿੰਨ ਦੇਖੇ ਨੇ ਦੋ ਤਿੰਨ ਘਰ ਵਿੱਚ ਸਿਰਫ ਆਮ ਉਹ ਦੂਜੇ ਕਬੂਤਰ ਬਾਕੀ ਟੋਟਲ ਸਹੀ ਆ ਬਾਕੀ ਟਰ ਨਹੀਂ ਅਸੀਂ ਤੁਹਾਨੂੰ ਤਾਂ ਹਮਦ ਹਮਦ ਭਾਈ ਨੇ ਦਿੱਤੇ ਨੇ ਹਮਦ ਦੇ ਗਿਆ ਉਹ ਵੀ ਪਿਓਰਿਟੀ ਜੇ ਤੁਸੀਂ ਨਹੀਂ ਕਹਿ ਸਕਦੇ ਉਹ ਵੀ ਕਰਾਸਾ ਜੇ ਉਹਨਾਂ ਨੇ ਬਣਾਏ ਨੇ ਮੀਆਂ ਹਮਦ ਨੇ ਉਹ ਤੁਹਾਨੂੰ ਦੱਸ ਸਕਦੇ ਨੇ ਕਿ ਉਹਨਾਂ ਕੀ ਕੀਤਾ ਸਹੀ ਗੱਲ ਹਾਂ ਨਹੀਂ ਮੀਆਂ ਹਮਦ ਵੀ ਅੱਛਾ ਖਿਲਾੜੀ ਹੈ ਔਰ ਬਹੁਤ ਚੈਂਪੀਅਨ ਹੈ ਜੀ ਤੁਸੀਂ ਅੱਛੇ ਖਿਲਾੜੀ ਹੋ ਤਾਂ 2021 ਦਾ ਚੈਂਪੀਅਨ ਹੈ ਚੈਂਪੀਅਨ ਤੇ ਚੈਂਪੀਅਨ ਹੋ ਗਿਆ ਨਹੀਂ ਹੋਈ ਉਹਦੇ ਚੈਂਪੀਅਨ ਹੋ ਹੀ ਹੁੰਦਾ ਜਿਹੜਾ ਸਾਰਿਆਂ ਤੋਂ ਚੰਗਾ ਹੋਵੇ ਚੰਗਾ ਹੈ ਮਾਸ਼ਾਅੱਲਾ ਅੱਲਾਹ ਪਾਕ ਨੂੰ ਹੋਰ ਇੱਜ਼ਤ ਦੇਵੇ ਉਹਨਾਂ ਨੇ ਇੱਜ਼ਤ ਦੇ ਹਾਂ ਬਿਲਕੁਲ ਇੰਜੀ ਗੱਲ ਹੈ ਤੇ ਹੱਦਰ ਭਾਈ ਫਿਰ ਜੋੜਿਆਂ ਨਾਲ ਪਾਈਏ ਸੈਟਅਪ ਠੀਕ ਹੈ ਫਿਰ ਉੱਤੇ ਚੱਲਦੇ ਹਾਂ ਜੀ ਇਹ ਪਾਰਟ 1 ਹੋ ਗਿਆ ਪਾਰਟ 2 ਤੇ ਪਾਰਟ 3 ਹੋ ਜਾਏਗਾ ਜੀ ਠੀਕ ਠੀਕ ਹੈ ਦੋਸਤਾਂ ਕੋਲ ਇਜਾਜ਼ਤ ਮੰਗੀ ਜੀ ਫਿਰ ਜੀ ਪਾਰਟ 'ਚ ਮਿਲਦੇ ਹਾਂ ਜੀ ਠੀਕ ਠੀਕ ਹੈ ਯਸ ਸਾਹਿਬ